ਅਤੇ ਉਸ ਬੰਦੇ ਨੇ ਥੁੱਕ ਕੇ ਚੱਟਿਆ ਅਤੇ ਪੈਸੇ ਦੇ ਕੇ ਮੈਨੂੰ ਮੁੱਕਰ ਗਿਆ। ਹੀਰੋ ਲਓ ਜਿਹੜਾ ਫਿਲਮ ਨੂੰ ਚੱਕ ਕੇ ਆਪਣੇ ਮੋਢਿਆਂ 'ਤੇ ਥੀਏਟਰ ਤੱਕ ਲੈ ਜਾਏਗਾ, ਜਿਹੜਾ ਆਡੀਅੰਸ ਨੂੰ ਘਰੋਂ ਮਤਲਬ ਚੱਕ ਕੇ ਥੀਏਟਰ ਤੱਕ ਲੈ ਆਏਗਾ। ਆਉਂਦਾ ਫਿਲਮ ਦੇਖਣ ਨੂੰ 3 ਦਿਨ 'ਚ ਪੈਸਾ ਕੱਢਣਾ, ਫਰਾਈਡੇ ਸੈਟਰਡੇ ਸੰਡੇ। ਜਦ ਤੱਕ ਲੋਕਾਂ ਨੂੰ ਪਤਾ ਲੱਗਣਾ ਮਾੜੀ ਫਿਲਮ ਆ, ਅਸੀਂ ਪੈਸਾ ਕਵਰ ਕਰ ਲੈਣਾ। 100-150-200 ਰੁਪਏ ਦੀ ਟਿਕਟ ਹੁੰਦੀ ਹੈ ਅਤੇ ਇਹ ਚੀਜ਼ਾਂ 300-300 ਰੁਪਏ ਦੀ ਵੇਚਦੇ ਆ, ਸਮੋਸੇ ਅਤੇ ਪੌਪਕੋਰਨ ਨੂੰ। ਉਹਦੇ ਬਾਅਦ ਕਮਾਈ ਕਰਕੇ ਉਹ ਅੱਧਾ ਪੈਸਾ ਆਪ ਰੱਖਦੇ, ਅੱਧਾ ਸਾਨੂੰ ਦਿੰਦੇ ਆ। ਅਤੇ ਤਾਂ ਵੀ ਇਹ ਸ਼ੋਅ ਨਹੀਂ ਦਿੰਦੇ ਸਾਨੂੰ, ਮਤਲਬ ਆਪਣੀ ਰਿਟੇਲ ਦੀ ਸ਼ੋਪ ਜਿਹੜੀ ਇਹਨਾਂ ਨੇ ਸਮੋਸੇ ਵੇਚਣ ਦੀ ਸ਼ੁਰੂ ਕੀਤੀ ਆ, ਉਹਦੇ ਲਈ ਮੈਂ ਫਿਲਮ ਬਣਾਵਾਂ ਸਮੋਸੇ ਵੇਚਣ ਲਈ ਇਹਨਾਂ ਦੇ, ਅਤੇ ਉਹਦਾ ਵੀ ਪੈਸਾ ਬਗੈਰ ਦਿੱਤੇ MG ਦਿੱਤੇ ਫਿਲਮ ਫਰੀ ਆਫ ਕੋਸਟ ਲੈ ਲੈਂਦੇ। ਫੀਡ ਕਰਦੇ ਅੱਛੀਆਂ ਫਿਲਮਾਂ ਨਾਲ, ਜਿੱਦਾਂ ਚੰਨ ਪਰਦੇਸੀ ਆਈ ਸੀ ਨਾ, ਚੱਲੀ ਸੀ, ਨਾਨਕ ਨਾਮ ਜਹਾਜ਼ ਚੱਲੀ ਸੀ ਨਾ, ਅਤੇ ਮੜੀ ਦਾ ਦੀਵਾ ਵੀ ਚੱਲੀ ਸੀ। ਤਾਂ ਇਹ ਫਿਲਮਾਂ ਕੀ ਸੀ, ਕੁਛ ਅਲੱਗ ਸੀ? ਇਹ ਚੱਲੀਆਂ ਸੀ ਇਹ ਵੀ ਫਿਲਮਾਂ। ਤਾਂ ਮੈਨੂੰ ਇਹ ਫਿਲਮਾਂ ਇੱਦਾਂ ਲੱਗਦੀਆਂ ਵੀ ਕੋਈ ਵੀ ਸੀਨ ਚੱਕ ਕੇ ਕਿਸੇ ਵੀ ਫਿਲਮ 'ਚ ਲਾ ਦਿਉ ਤਾਂ ਇੱਕੋ ਹੀ ਲੱਗਦੀ ਹੈ ਇਹ, ਕਿਉਂਕਿ ਆਰਟਿਸਟ ਵੀ ਉਹੀ ਆ, 15-20-25, ਔਰ ਲੁੱਕ ਵੀ ਉਹੀ ਆ, ਕੋਮੇਡੀ ਵੀ ਉਹੀ ਆ, ਸਟੈਂਡ ਅਪ। ਮੈਨੂੰ ਇਹ ਨਹੀਂ ਲੱਗਦਾ ਵੀ ਮੈਂ ਫਲਾਨੀ ਫਿਲਮ ਦੇਖੀ, ਕਿ ਉਹ ਤੁਹਾਨੂੰ ਸਮਝ ਨਹੀਂ ਆਉਂਦਾ ਯਾਰ ਉਹ ਕਿਹੜੀ ਫਿਲਮ 'ਚ ਸੀ। ਅਸੀਂ ਸਾਰੇ ਨੂੰ ਇਕੱਠਾ ਕਰਕੇ ਅਸੀਂ ਇੱਕ ਆਪਣਾ ਸਿਸਟਮ ਬਣਾਇਆ, ਹੌਲੀ ਹੌਲੀ ਮੈਂ ਅਨਾਊਂਸ ਕਰੂੰਗਾ ਉਹਨੂੰ ਕਿ ਕਿੱਦਾਂ ਅਸੀਂ ਫਿਲਮਾਂ ਹੈ, ਕਿਸ ਬਜਟ 'ਤੇ ਬਣਾਉਂਗੇ। ਬਿਲਕੁਲ ਘੱਟ ਬਜਟ ਰੱਖਿਆ ਸਾਡੇ ਲਈ, ਨੋਨ ਜਾਂ ਅਨਨੋਨ ਆਰਟਿਸਟ ਇੰਪੋਰਟੈਂਟ ਨਹੀਂ ਆ ਦਿੰਦੇ, ਜਿੱਦਾਂ ਇਹਨਾਂ ਨੇ ਖਰਚ ਕੀਤਾ ਫਿਲਮ 'ਤੇ, ਲੇਕਿਨ ਫਰਕ ਇਹਨਾਂ ਨੇ ਰੁਪਈਆ ਨਹੀਂ ਲਾਇਆ ਹੁੰਦਾ ਫਿਲਮ 'ਤੇ। ਫਰੀ 'ਚ ਅਸੀਂ ਫਿਲਮ ਦਿੰਦੇ ਹਾਂ ਇਹਨਾਂ ਨੂੰ, ਥੀਏਟਰ ਵਾਲਿਆਂ ਨੂੰ ਲਾਉਣ ਦੀ, ਸ਼ਾਇਦ ਤੁਹਾਨੂੰ ਪਤਾ ਨਹੀਂ ਹੋਣਾ। BSH ਨਿਊਜ਼ ਪੁਆਇੰਟ ਵਿੱਚ ਤੁਹਾਡਾ ਸਵਾਗਤ ਹੈ। ਅੱਜ ਸਾਡੇ ਨਾਲ ਹਨ ਜੀਤ ਮਠਾੜੂ। ਜੀਤ ਮਠਾੜੂ ਨਾਮ ਕਿਸੇ ਪਛਾਣ ਦਾ ਮੁਥਾਜ ਨਹੀਂ ਹੈ। ਡਾਇਰੈਕਟਰ, ਪ੍ਰੋਡਿਊਸਰ ਅਤੇ ਐਕਟਰ ਜੀਤ ਮਠਾੜੂ ਪਿਛਲੇ 40 ਸਾਲਾਂ ਤੋਂ ਬਾਲੀਵੁੱਡ ਫਿਲਮ ਇੰਡਸਟਰੀ ਦੇ ਵਿੱਚ ਇੱਕ ਵੱਡਾ ਨਾਮ ਹੈ। ਇੰਟਰਨੈਸ਼ਨਲੀ ਇਹ ਪ੍ਰੋਡਕਸ਼ਨਸ ਕਰਦੇ ਨੇ। ਆਓ ਇਹਨਾਂ ਨਾਲ ਕਰਦੇ ਹਾਂ ਗੱਲ। ਸਤਿ ਸ਼੍ਰੀ ਅਕਾਲ ਜੀ। ਮੈਂ ਮੇਰੇ ਵੱਲੋਂ BSH ਨੂੰ ਬਹੁਤ ਬਹੁਤ ਮੁਬਾਰਕਬਾਦ ਦਿੰਦਾ। ਨਵਾਂ ਚੈਨਲ ਖੋਲ੍ਹਿਆ BSH ਨਿਊਜ਼ ਪੁਆਇੰਟ ਕੁਲਦੀਪ ਸਿੰਘ ਜੀ ਨੇ, ਔਰ BSH ਦਾ ਮਤਲਬ ਹੈ ਮੇਰੇ ਖਿਆਲ ਨਾਲ ਬਲਾਸਟਿੰਗ ਸਕਾਈ ਹੌਕਸ, ਅਤੇ ਚੜ੍ਹਦੀਆਂ ਕਲਾਂ 'ਚ ਰਹੇ, ਹਮੇਸ਼ਾ ਦਿਨ ਦੁੱਗਣੀ ਰਾਤ ਚੁੱਗਣੀ ਤਰੱਕੀ ਕਰੇ, ਮੇਰੇ ਵੱਲੋਂ ਬੈਸਟ ਵਿਸ਼ਸ ਆ ਜੀ। ਜੀ, ਤੁਹਾਡੀ ਜਿਹੜੀ ਜਰਨੀ ਹੈ ਫਿਲਮ ਲਾਈਫ ਦੀ, ਇਹਦੇ ਬਾਰੇ ਸਾਨੂੰ ਦੱਸੋ। ਮੈਂ ਕਾਫੀ ਸਾਲ ਪਹਿਲਾਂ ਸਟਾਰਟ ਕੀਤਾ, ਜਦੋਂ ਮੈਂ ਆਪਣੇ ਸੈਕਿੰਡ ਈਅਰ ਜੂਨੀਅਰ ਕਾਲਜ ਐਗਜ਼ਾਮ ਦਿੱਤੇ ਸੀ, ਔਰ ਸ਼ੌਕ ਤਾਂ ਬਚਪਨ ਤੋਂ ਹੀ ਸੀ ਜਦ ਹੋਸ਼ਟ ਸੰਭਾਲਿਆ, ਕਿਉਂਕਿ ਘਰ ਸਾਡਾ ਜਿੱਥੇ ਸੀਗਾ ਉਹ ਤਕਰੀਬਨ 500 ਗਜ ਦੇ ਇਰਦ ਗਿਰਦ, ਤਕਰੀਬਨ 1000 ਗਜ ਜਾਂ 1 ਕਿਲੋਮੀਟਰ ਦਾ ਦਾਇਰਾ ਕਹਿ ਲਓ। ਉਹ 'ਚ 3 ਸ਼ੂਟਿੰਗ ਸਟੂਡੀਓ ਸੀਗੇ ਅਤੇ 1 ਸਿਨੇਮਾ ਹਾਲ ਸੀ, ਅਤੇ ਉਹ ਮਾਹੌਲ ਹਮੇਸ਼ਾ ਦੇਖਿਆ ਸੀ ਔਰ ਉਹ ਸਿਸਟਮ 'ਚ ਚਲ ਗਿਆ ਸੀ ਅੰਦਰ। ਡਿਸੀਜਨ ਅਨਨੋਇੰਗਲੀ ਛੋਟੇ ਹੁੰਦੇ ਹੀ ਸ਼ਾਇਦ ਲੈ ਲਿਆ ਸੀ ਮੈਂ, ਭਈ ਫਿਲਮ ਲਾਈਨ 'ਚ ਜਾਣਾ, ਕਰਨਾ ਕੀ, ਇਹ ਡਿਸੀਜਨ ਨਹੀਂ ਲਿਆ ਸੀ। ਹਾਂ, ਇਮੀਟੇਟ ਮੈਂ ਜ਼ਰੂਰ ਕਰਦਾ ਸੀ ਐਕਟਰਾਂ ਨੂੰ, ਅਤੇ ਦਿਮਾਗ 'ਚ ਸ਼ਾਇਦ ਉਹ ਸੀ ਵੀ ਐਕਟਰ ਬਣਾ ਗਏ। ਅਤੇ ਜਿੱਦਾਂ ਹੀ ਸੈਕਿੰਡ ਈਅਰ ਪੂਰਾ ਕੀਤਾ ਅਤੇ ਆਪਣੇ ਡੈਡ ਤੋਂ ਪੁੱਛਿਆ ਵੀ ਕਿ ਮੈਂ ਕੰਮ ਸ਼ੁਰੂ ਕਰ ਸਕਦਾ, ਤਾਂ ਉਹਨਾਂ ਨੇ ਪੁੱਛਿਆ ਪੜ੍ਹਾਈ, ਮੈਂ ਕਿਹਾ ਗ੍ਰੈਜੂਏਸ਼ਨ ਦਾ ਸਰਟੀਫਿਕੇਟ ਇੰਡਸਟਰੀ 'ਚ ਚਾਹੀਦਾ ਨਹੀਂ ਆ, ਅਤੇ ਇੰਗਲਿਸ਼ ਮੈਨੂੰ ਆਉਂਦੀ ਹੈ ਫਲੂਐਂਟਲੀ, ਅਤੇ ਲੋੜ ਨਹੀਂ ਪੈਣੀ, ਮੈਂ ਐਵੇਂ ਹੀ ਆਪਣਾ ਟਾਈਮ ਖਰਾਬ ਕਰਾਂਗਾ 3 ਸਾਲ ਹੋਰ ਗ੍ਰੈਜੂਏਸ਼ਨ ਵਾਸਤੇ। ਅਤੇ ਤਕਰੀਬਨ 18 ਸਾਲ ਦੀ ਉਮਰ, ਉਹ ਤੋਂ ਘੱਟ ਹੀ ਸੀ ਜਦੋਂ ਡਿਸੀਜਨ ਲਿਆ ਮੈਂ ਔਰ ਸਟਾਰਟ ਕਰ ਦਿੱਤਾ ਸੀ ਕੰਮ ਮੈਂ, ਅਤੇ ਅੱਜ ਤਕਰੀਬਨ 40 ਸਾਲ ਹੋ ਗਏ ਆ ਔਰ ਐਂਟਰੀ ਮੇਰੀ ਇਸ ਤਰੀਕੇ ਨਾਲ ਹੋਈ। ਕਿਹੜੇ ਪ੍ਰੋਜੈਕਟ ਤੁਸੀਂ ਇਸ ਤਰ੍ਹਾਂ ਕੀਤੇ? ਮੈਂ ਸਭ ਤੋਂ ਪਹਿਲਾਂ ਤਾਂ ਜਿੱਦਾਂ ਦੱਸਿਆ ਮੈਂ ਭਈ ਐਜ਼ ਐਨ ਐਕਟਰ ਆਇਆ, ਮੈਂ ਐਕਟਿੰਗ ਕੋਰਸ ਕੀਤਾ ਸੀ 82 'ਚ, ਫਿਰ ਉਹਦੇ ਬਾਅਦ ਪਹਿਲੀ ਵਾਰੀ ਮੈਂ ਜਿਹੜਾ ਸ਼ੂਟਿੰਗ 'ਤੇ ਅਸਿਸਟ ਕੀਤਾ, ਮੈਂ ਇੱਕ ਪੰਜਾਬੀ ਐਕਟਰ ਪ੍ਰੋਡਿਊਸਰ ਡਾਇਰੈਕਟਰ ਹੁੰਦੇ ਸੀ ਵਰਿੰਦਰ ਭਾਸ਼ੀ ਜੀ, ਜਿਨ੍ਹਾਂ ਨੇ ਕਾਫੀ ਫਿਲਮਾਂ, ਬਲਬੀਰੋ ਭਾਬੀ, ਸਰਪੰਚ,
बटवारा और कई सारी निम्मो इदां दी कई सारिया फिल्मां कीतियां उन्होंने ते उन्हां नूं मैं असिस्ट करना शुरू किया। मेरे मामा जी लगते आ मोहन बगड़ जी ते उन्होंने मैनू इंट्रोड्यूस किया मिलाया उन्हां नूं ते फर्स्ट टाइम शूटिंग वास्ते पंजाब आया सी मैं। फिल्म सी बटवारा 1982 च जदों योगराज जी ने भी उन्हां दी पहली फिल्म सी मेरी एंट्री सी फिल्मां च एज एन असिस्टेंट ते ओ मेरी पहली फिल्म सी। उहदे बाद फिर बॉम्बे जाके 83 च मैं VIP फिल्म्स ज्वाइन किया मनोज कुमार काफ़ी उन्हां दी फिल्मां पसंद आ रही सी मैनू उपकार शोर पूर्व और पश्चिम रोटी कपड़ा और मकान फिर उन्होंने ज्वाइन कर लिया मैं 83 च और फिर 84 तक उन्होंने काम किया और फिर 84 च फिल्म लगी सोनी मेवाल उमेश मेहरा जी ने बनाई सी ईगल फिल्म्स ते उतों फिर मैं ज्वाइन किया उमेश जी ने फिल्म शुरू हुई सी साड़ी उदों जाल मिठुन चक्रवर्ती मंदाकिनी मुनमुन सेन जितेंद्र रेखा और एक होर फिल्म सी पुरानी जिहड़ी इनकम्प्लीट सी वह भी असी पूरी की परवीन बॉबी सी उच्चे मिठुन सी पूनम ढिल्लों बिंदिया गोस्वामी अविनाश वो 1984 तो वो मेरा सफ़र शुरू होया ईगल फिल्म्स से और फिर कई सारिया फिल्मा कीतियां उन्होंने बहुत सारिया 40-50 फिल्मा कीतियां होनी 1991 च फिर मैं ज्वाइन किया राज सिप्पी नू उन्होंने इनकार बनाई सी सत्ते पे सत्ता कयामत उन्होंने साल कम किया जो अक्षय भी नवा नवा आया सी 1990-91 च ते अक्षय ने उदो फिर 4-5 फिल्मा कीतियां संजय दत्त ना होर कई लोगों ना एक्टिंग मेरी शुरू हो गई सी नाल नाल मैं करता रहिंदा सी कोई ना कोई फिल्म हिंदी फिल्मा और फिर 91-92 च इनफैक्ट 90 च ही मैं एक पहली एड फिल्म शूट कीती सी बॉम्बे ते इंडिपेंडेंटली मैं पहली बारी एज अ डायरेक्टर उदों शुरू किया सी। एज अ गोस्ट डायरेक्टर मैं कम शुरू किया सी तकरीबन 22 साल की उम्र च डायरेक्टर कोई होर सी मैं ना नहीं दसंगा ते वो मैं पूरी शूट करता सी हिंदी फिल्म ते दो फिल्मां कीतियां एक 86 च कीती सी एक मैं तकरीबन 96-97 च कीती सी 98 च मेरे ख्याल ते वो दो फिल्मां कीतियां मैं उहदे नाल एक्सपीरियंस अच्छा हो गया सी किद्दां 100-150 बंदियां दा यूनिट किद्दां कंट्रोल करना ते उहदे बाद फिर बस आ सफ़र रहा मेरा इत्थे हिंदी फिल्मां च जिहड़ा 2000 तक रहा फिर उहदे बाद मैं इंग्लैंड चल गया सी। ਉਹ ਤੋਂ ਬਾਅਦ ਫਿਰ ਵਾਪਸੀ ਪੰਜਾਬੀ ਫਿਲਮਾਂ 'ਚ ਹੋਈ ਕਿ ਫਿਰ ਤੁਸੀਂ ਆਪਣਾ ਹੀ ਜਿਹੜਾ ਪ੍ਰੋਡਕਸ਼ਨ ਸ਼ੁਰੂ ਕੀਤਾ ਕੰਮ? ਮੈਂ ਜਦ ਇੰਗਲੈਂਡ ਗਿਆ ਮੈਂ ਇੱਕ ਚੈਨਲ ਚੱਲਦਾ ਹੁੰਦਾ ਸੀ ਉਦੋਂ ਲਸ਼ਕਾਰਾ ਅਤੇ ਲਸ਼ਕਾਰਾ ਜਿਹੜਾ ਚੈਨਲ ਸੀ ਇਹ ਸ਼ੁਰੂ ਹੋਇਆ ਸੀ ਇੰਡੀਆ 'ਚ ਔਰ ਉਹਦੇ ਓਨਰ ਸੀ ਸਾਊਥ ਇੰਡੀਅਨ ਅਤੇ ਉਹਨਾਂ ਨੇ ਇੱਕ ਬ੍ਰਾਂਚ ਲੰਡਨ ਵੀ ਸ਼ੁਰੂ ਕਰਤਾ ਸੀ ਆਪਣਾ ਅਤੇ ਮੈਂ ਉਸ ਵੇਲੇ ਅਰਾਊਂਡ ਮੇਰੇ ਖਿਆਲ 99 ਦੀ ਗੱਲ ਆ ਉਦੋਂ ਮੈਂ ਇੱਕ ਸੀਰੀਅਲ ਲਸ਼ਕਾਰਾ 'ਚ ਆਉਂਦਾ ਹੁੰਦਾ ਸੀ ਸ਼ਾਇਦ ਤੁਸੀਂ ਦੇਖਿਆ ਹੋਣਾ ਸਮੁੰਦਰੋਂ ਪਾਰ ਅਤੇ ਉਹ ਮੈਂ ਡਾਇਰੈਕਟ ਕਰਦਾ ਸੀ ਉਦੋਂ ਐਕਟ ਵੀ ਡਾਇਰੈਕਟ ਵੀ ਸਾਰਾ ਕੁਛ ਕਰਨਾ ਅਤੇ ਉਹਦੀ TRP ਉਹਦਾ ਜਿਹੜਾ ਵਿਊਰਸ਼ਿਪ ਆ ਕਾਫੀ ਅੱਛੀ ਸੀ ਅਤੇ ਉਹਨਾਂ ਦੇ ਜਿਹੜੇ ਬੌਸ ਸੀ ਉਹ ਸੀਗੇ ਲੰਡਨ ਬੈਠੇ ਉਹਨਾਂ ਨੇ ਉੱਥੇ ਮੈਨੂੰ ਕਿਹਾ ਕਿ ਜੀਤ ਅਗਰ ਇੱਥੇ ਆ ਸਕਦਾ ਔਰ ਲੰਡਨ ਅਸੀਂ ਕੁਛ ਸ਼ੂਟ ਕਰੀਏ ਪ੍ਰੋਗਰਾਮਸ ਕਿਉਂਕਿ ਲੰਡਨ ਬੇਸ ਬਣਾ ਰਹੇ ਸੀ RITV ਦਾ ਅਤੇ ਤਾਂ ਮੈਨੂੰ ਉਹਨਾਂ ਨੇ ਔਫਰ ਕੀਤਾ ਔਰ ਕੁਛ ਐਕਸਪੀਰੀਅੰਸਿਸ ਮੇਰੇ ਚੰਗੇ ਨਹੀਂ ਸੀ ਹਿੰਦੀ ਫਿਲਮਾਂ ਦੇ ਇੰਡਸਟਰੀ ਦੇ ਜਿਹੜਾ ਤੁਸੀਂ ਜਿਹੜਾ ਨੈਪੋਟਿਜ਼ਮ ਕਹਿ ਲਓ ਜਾਂ ਜੋ ਵੀ ਆ ਬੜਾ ਆਪਣੇ ਤਰੀਕੇ ਨਾਲ ਇੰਡਸਟਰੀ ਚੱਲਦੀ ਆ ਅਤੇ ਉਹ ਮਤਲਬ ਉਦੋਂ ਤੱਕ ਤਕਰੀਬਨ 10 ਸਾਲ ਹੋ ਗਏ ਸੀ ਇੰਡਸਟਰੀ 'ਚ ਮੈਨੂੰ 20 ਸਾਲ ਹੋ ਗਏ ਸੀ ਤਕਰੀਬਨ ਅਤੇ ਮੈਂ ਕਿਹਾ ਮੈਂ 20 ਸਾਲ ਜਿਹੜੇ ਆਪਣੇ ਦਿੱਤੇ ਆ ਫਿਲਮ ਇੰਡਸਟਰੀ ਨੂੰ ਮੈਂ ਇਸ ਕਰਕੇ ਨਹੀਂ ਦਿੱਤੇ ਕਿ ਯੂਨੋ ਇੱਦਾਂ ਮਤਲਬ ਆਹ ਚੀਜ਼ਾਂ ਫੇਸ ਕਰਾਂ ਮੈਂ ਅਤੇ ਪੇਰੈਂਟਸ ਨੂੰ ਛੱਡ ਕੇ ਜਾਣ ਦਾ ਦਿਲ ਨਹੀਂ ਕਰਦਾ ਸੀ ਇੰਗਲੈਂਡ ਲੇਕਿਨ ਜਦ ਮੇਰੇ ਨਾਲ ਕੋਈ ਇੱਕ ਫਿਲਮ 'ਚ ਕੋਈ ਗੱਲ ਹੋਈ ਸੀ ਹਿੰਦੀ ਫਿਲਮ ਕੋਈ ਡਾਇਰੈਕਟ ਕਰ ਰਿਹਾ ਸੀ ਮੈਂ ਐਜ਼ ਅ ਗੋਸਟ ਡਾਇਰੈਕਟਰ
एक्सपीरियंस वधिया नहीं रहा मेरा, ते तां मैं डिसाइड किया। इन्होंने हमेशा मैनू ऑफर किया लश्कारा वाले ने भी लंडन जाना है, उत्थे 6 महीने साल रहना। मैं क्या पेरेंट्स नू छड़ के मैं जा नहीं सकता, क्योंकि मैं मतलब उन्हां दी सारी देख रेख मैं ही करता सी, कल ही रह जाना सी उन्होंने पिछे। तो जब मेरे ना जो भी कुछ होया वो होया, उसके बाद फिर मैं आप उन्होंने कहा भाई मैं हूँ तैयार हाँ लंडन जाने को। फिर अराउंड 2000 मैं पहली बारी मेरे ख्याल 2000 शायद लंडन गया मैं, और बस उत्थे फिर लश्कारा नू ज्वाइन किया, और फिर आना जाना चलता रहा। 5 साल मैं लंडन ही रहा। ते वो तो बाद जो फिर वापस आए तो फिर उस समय के दौरान इतने की तब्दीलियाँ देखिया? नहीं, पहला तो मैनू एक सिगा कि हिंदी फिल्मों का जोड़ा माहौल सी वो इन्ना खराब सी उदो चलता कि कारपोरेट इनोवेशन हौली हौली अंदर आ रहा सी। अर्ली 2000 से जोड़े FMCG आ फूड फास्ट मूविंग कंज्यूमर गुड्स, ये जड़िया चीज़ा आ ये इन्हों डील करने वाले जोड़े कारपोरेट हाउसेज आ ये हौली हौली हावी हो रहे थे इंडस्ट्री ते। और इतों 5-10 साल पहला जोड़े सिंगल स्क्रीन सी वो भी टेक ओवर हो रही सी, मल्टीप्लैक्सिस चेनना शुरू हो गई सी, रिलायंस ने शुरू कर दिती सी, बिग ने श्रृंगार फिल्म्स ने शुरू करती सी, PVR हौली हौली शुरू कर रहा सी, ते जी वाले ने फन सिनेमा शुरू कर दिते, वेव वाले ने शुरू कर दिते। ते ए एक एक सैटबैक जिहा फिल्म इंडस्ट्री नू हो रहा सी, क्योंकि इस सब तो वड्डी सट लग रही सी डिस्ट्रीब्यूटर्स नू और प्रोड्यूसर्स नू जिहड़े फिक्स हायर ते स्क्रीन यू नो थिएटर्स बुक करते सी, लेकिन वो मल्टीप्लैक्सिस कन्वर्ट होने लग पे जिस च स्प्लिट सिस्टम शुरू हो गया, फिक्स हायर बंद हो गया, MG बंद हो गया, तो कमीशन बेसिस बंद हो गया। तो आ चीज़ा एक इफेक्ट कर रही सी इंडस्ट्री नू 90s तो अर्ली 90s तो। और जब मैं थोड़ा जहा ये बारे पता लगा इंग्लैंड रह के, तो पंजाबी फिल्मा ज़्यादा नहीं बन रही सी उदों, उदों जी आया नू असानू मान वतना दा मन जी मनमोहन जी बस उही थोड़ियां बहुत फिल्मा बनाउंदे सी, एक अद्धी कोई होर कोई बना लैंदा सी, कोई ज़्यादा नहीं बनदियां सी, 2-4-5 फिल्मा बनदियां सी साल च। ते असी प्लान कीता लंडन रह के असी ही पंजाबी फिल्म शुरू करिए, क्योंकि अगर मैं हिंदी शुरू करांगा तो मैं गुआच जावांगा उत्थे क्राउड च, क्योंकि ना वो लगनी है थिएटरां च, ना उहदा प्रॉपर डिस्ट्रीब्यूशन होना, ना बायर मिलना। तो मैं अगर पंजाब च बनावांगा तो एटलीस्ट लोग देखोंगे, और क्योंकि इंडस्ट्री थोड़ी छोटी आ और एक स्टेट की गल आ, असी आप पब्लिसिटी करके मार्केटिंग करके रिलीज़ भी कर सकते हैं 20-25 थिएटर च, लेकिन पूरी इंडिया च फिल्म बनाना मुश्किल आ। तो असी पहली फिल्म साड़ी 2004 च शूट की अड्डी टप्पा, जिहड़ा बिल्कुल नवीं कुड़ियां नूं लै के अंबरसर BBK DAV कॉलेज दी कुड़ियां नूं लै के, जिस च तुसीं अज देखदे आ भारती जिहड़ी काफ़ी कॉमेडी शोज़ करती आ। भारती ने पहली बारी कैमरा फेस किया सी, विभा भगत काफ़ी स्टार कलर्स दी सीरियल्स करती आ, वह भी फर्स्ट टाइम उन कैमरा फेस किया सी साडे नाल। पंजाबी फिल्मां तुसीं बनाईआं, उदेसन बनाई तुसीं, विमेन फ्रॉम द ईस्ट तुसीं पंजाबी च डब कीती, थोड़ा तजर्बा किस तरह दा रहा इत्थे दा पंजाबी फिल्म? पहला हिंदी फिल्म बनाई सी असीं वूमन फ्रॉम द ईस्ट, और उही गल हुई साडे नाल। सब तो पहला तो असीं अड्डी टप्पा 2005 लाई सी, उहदे बाद असीं जिहड़ा रिस्पोंस सानूं मिलिया, फिल्म जो भी देखदा वह बहुत तारीफ करता फिल्म की, लेकिन सानूं सरवाइव भी करना है। असीं उदों 2005 च मेकिंग और रिलीजिंग घट्टो घट 1.25 करोड़ रुपया खर्च करता सी असीं, ते वो लॉस होया सी सानूं सारा ही, टोटल 1.25 करोड़ रुपया मसीं कुछ मिलिया सानूं ना दे बराबर। ते उहदे बाद असीं सोचिया भी हुण करिए की असीं, फिर असीं मैं ये प्ले देखिया बरार साहब का, जतेंद्र बरार साहब का कुदेसन, ते उहदी कहानी मैनूं पसंद आई, ते असीं सोचिया क्यों ना असीं हिंदी फिल्म बनाईए और फेस्टिवल्स च भेजांगे, इधर उधर भेजांगे, और हो सकदा उहदी हाइप अच्छी होएगी, और
ਉਹਨੂੰ ਦੱਸ ਕੇ ਇੱਕ ਹਿੰਦੀ ਸਿਨੇਮਾ ਅਸੀਂ ਬਣਾਈਏ, ਕੋਸ਼ਿਸ਼ ਕਰਦੇ ਹਾਂ ਹਿੰਦੀ ਸਰਕਲ 'ਚ ਜਾਣ ਦੀ। ਅਤੇ ਇਹ ਸਾਰਾ ਸੋਚ ਕੇ ਅਸੀਂ 2009 'ਚ ਉਹ ਪਲੇ 'ਤੇ ਆਧਾਰਿਤ ਅਸੀਂ ਫਿਲਮ ਬਣਾਈ, ਜਿਹਦਾ ਟਾਈਟਲ ਰੱਖਿਆ ਸੀ ਵੂਮਨ ਫਰੋਮ ਦੀ ਈਸਟ, ਜੋ ਪੰਜਾਬੀ 'ਚ ਅਸੀਂ ਡੱਬ ਕੀਤੀ ਸੀ ਬਾਅਦ 'ਚ, ਔਰ ਡੱਬ ਕਰਕੇ ਕੁਦੇਸਨ ਜਿਹੜਾ ਟਾਈਟਲ ਰੱਖਿਆ ਸੀ ਅਸੀਂ, ਉਹ ਰਿਲੀਜ਼ ਕੀਤੀ ਸੀ 2015 'ਚ, ਔਰ ਹਿੰਦੀ 'ਚ ਸ਼ੂਟ ਕੀਤੀ ਸੀ ਓਰਿਜਨਲੀ। ਉਸ ਦੀ ਲਾਲਸਾ ਨੇ ਲੋਕਾਂ ਦੀ ਜ਼ਿੰਦਗੀ 'ਚ ਸਿਆਪਾ ਪਾਇਆ। ਉਸਨੇ ਸਭ ਕੁਝ ਵੇਖਿਆ ਅਤੇ ਉਸਨੇ ਸਭ ਕੁਝ ਕਿਹਾ। ਉਹ ਸ਼ੈਤਾਨ ਦੇ ਨੁਮਾਇੰਦੇ ਸੀ। ਲੋਕ ਆਪਣੇ ਰੰਗਾਂ ਵਿੱਚ ਹੋਰ ਮਸਤ ਹੁੰਦੇ ਗਏ ਅਤੇ ਫਿਰ ਆਈ ਇੱਕ ਕੁਦੇਸਣ। ਅਸੀਂ ਟੋਰੋਂਟੋ ਲੈ ਕੇ ਗਏ ਸੀ, ਅਸੀਂ ਬਰਲਿਨ ਲੈ ਕੇ ਗਏ ਸੀ ਫਿਲਮ, ਲੰਡਨ ਦੇਖੀ ਲੋਕਾਂ ਨੇ। ਔਰ ਅੱਜ ਅਗਰ ਮੈਨੂੰ ਥੋੜ੍ਹਾ ਬਹੁਤ ਜੋ ਨਾਮ ਮਿਲਿਆ ਆ, ਲੋਕ ਥੋੜ੍ਹਾ ਬਹੁਤ ਜਾਣਦੇ ਆ, ਅਤੇ ਉਹ ਉਸ ਫਿਲਮ ਕਰਕੇ ਹੀ ਆ। ਜੀ ਜੀ, ਤੁਹਾਡੇ ਬਾਰੇ ਇੱਕ ਗੱਲ ਬੜੀ ਮਸ਼ਹੂਰ ਹੈ ਕਿ ਤੁਸੀਂ ਚੰਦ ਦਿਨਾਂ ਦੇ ਵਿੱਚ ਇੱਕ ਫਿਲਮ ਬਣਾਈ ਅਤੇ ਉਹ ਤੁਸੀਂ ਨਾਲ ਦੀ ਨਾਲ ਇੱਕ ਫਿਲਮ ਫੈਸਟੀਵਲ ਦੇ ਵਿੱਚ ਜਾ ਕੇ ਦਿਖਾਈ ਵੀ। ਉਹਦੇ 'ਚ ਕੁਛ ਦਿਨ ਸੀ ਮੇਰੇ ਨਾਲ, ਕੋਈ 28 ਦਿਨਾਂ ਦੇ ਵਿੱਚ ਤੁਸੀਂ ਪੂਰਾ ਕੀਤਾ ਸੀ, ਉਹਦੇ ਬਾਰੇ ਸਾਨੂੰ ਦੱਸੋ। ਸਾਡੀ ਫਿਲਮ ਐਕਚੁਅਲੀ ਵੂਮਨ ਫਰੋਮ ਦਾ ਈਸਟ ਜਿਹੜੀ ਆ, ਇਹ 2013 ਦੀ ਗੱਲ ਆ, ਉਹ ਰਿਲੀਜ਼ ਨਹੀਂ ਹੋ ਸਕਦੀ ਸੀ। ਅਤੇ ਅਸੀਂ ਸੋਚ ਰਹੇ ਸੀ ਕਰੀਏ ਕਿੱਦਾਂ, ਅਤੇ ਅਸੀਂ ਫਿਰ ਸੋਚਿਆ ਵੀ ਇਹਨੂੰ ਡੱਬ ਕਰ ਦਿੰਦੇ ਹਾਂ ਵੂਮਨ ਫਰੋਮ ਦਾ ਈਸਟ ਨੂੰ ਪੰਜਾਬੀ 'ਚ। ਲੇਕਿਨ ਅਸੀਂ ਫਿਰ ਇਹ ਸੋਚਿਆ ਪੰਜਾਬੀ 'ਚ ਡੱਬ ਕਰਾਂਗੇ, ਲੋਕ ਪਤਾ ਨਹੀਂ ਆਉਂਗੇ ਨਹੀਂ ਆਉਂਗੇ, ਕਿੱਦਾਂ ਆਉਂਗੇ। ਅਸੀਂ ਸੋਚਿਆ ਚਲੋ ਲੈਟਸ ਡੂ ਵਨ ਥਿੰਗ, ਅਸੀਂ ਇੱਕ ਸਸਪੈਂਸਫੁਲ ਪੰਜਾਬੀ ਦੀ ਪਹਿਲੀ ਥ੍ਰਿਲਰ ਬਣਾਈਏ, ਹੋਰਰ ਬਣਾਈਏ, ਅਤੇ ਅਸੀਂ ਸਿੱਕਾ ਦੇ ਬਾਰੇ ਸੋਚਿਆ। ਔਰ ਇਸ ਕਰਕੇ 17 ਦਿਨ 'ਚ ਔਰ 1 ਮਹੀਨੇ 'ਚ ਸ਼ੂਟ ਕੀਤਾ ਕਿ ਫਟਾਫਟ ਬਣਾ ਕੇ ਅਸੀਂ ਲਾ ਵੀ ਦੇਵਾਂਗੇ, ਕੁਛ ਪੈਸੇ ਵੀ ਆ ਜਾਉਂਗੇ, ਅਤੇ ਉਸ ਪੈਸਿਆਂ ਨਾਲ ਅਸੀਂ ਕੁਦੇਸਨ ਰਿਲੀਜ਼ ਕਰਾਂਗੇ। ਲੇਕਿਨ ਇੱਦਾਂ ਕੁਛ ਨਹੀਂ ਹੋਇਆ। ਅਸੀਂ ਜਦੋਂ ਸਿੱਕਾ ਬਣਾਈ, ਔਰ ਫਿਰ ਉਹੀ ਗੱਲ, ਜਦੋਂ ਕੁਛ ਕੰਸਲਟ ਕੀਤਾ ਡਿਸਟ੍ਰੀਬਿਊਟਰਸ ਨਾਲ ਪੰਜਾਬ 'ਚ, ਉਹ ਕਹਿੰਦੇ ਇਹਨੂੰ ਦੇਖੇਗਾ ਕੌਣ, ਇਹ 'ਚ ਕੋਈ ਹੀਰੋ ਹੀ ਨਹੀਂ ਹੈ, ਕੋਈ ਵੱਡਾ ਨਾਂ ਹੀ ਨਹੀਂ ਹੈ। ਆਤਮਾ 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 ਤੇ ਐ ਪਲੈਨ ਚਿੱਟ ਖੇਡੋਗੇ ਤਾਂ ਸਿਆਪਾ ਤੇ ਪਾਊਗਾ ਨਾ। ਉਸ ਆਤਮਾ ਨੂੰ ਆਪਾਂ ਦੁਬਾਰਾ ਬੁਲਾ ਸਕਦੇ ਹਾਂ? ਜੇ ਉਹੀ ਆਤਮਾ ਹੈ ਤੇ ਆਪਣੇ ਮਰਨ ਦੀ ਤੇ ਸਾਨੂੰ ਮਾਰਨ ਦੀ ਵਜ੍ਹਾ ਦੱਸੂਗੀ। ਮਾਰਨੇ ਤੋਂ ਪਹਿਲਾਂ ਮੈਂ ਉਹਨੂੰ ਮਾਰ ਦੂੰਗਾ। ਪਰ ਜਿਹਨੂੰ ਤੁਸੀਂ ਸਾਰੇ ਆਲਰੇਡੀ ਮਾਰ ਚੁੱਕੇ ਹੋ, ਕਿੱਦਾਂ ਦੁਬਾਰਾ ਮਾਰ ਦੇਗਾ? ਥ੍ਰਿਲਰ ਆ, ਹੋਰਰ ਆ, ਹੋਰਰ 'ਚ ਕੋਈ ਹੀਰੋ ਦੀ ਲੋੜ ਨਹੀਂ ਆ, ਵੱਡੇ ਆਰਟਿਸਟ ਦੀ ਲੋੜ ਨਹੀਂ ਆ। ਤੁਸੀਂ ਹਿਸਟਰੀ 'ਚ ਦੇਖ ਲਓ, ਤੁਸੀਂ ਰਾਮਸੇ ਵਾਲਿਆਂ ਨੂੰ ਦੇਖ ਲਓ, ਤੁਸੀਂ ਵਿਕਰਮ ਭੱਟ ਨੂੰ ਦੇਖ ਲਓ, ਤੁਸੀਂ ਇੰਗਲਿਸ਼ ਫਿਲਮਾਂ ਦੇਖ ਲਓ, ਕੋਈ ਵੱਡਾ ਹੀਰੋ ਨਹੀਂ ਹੁੰਦਾ ਹੋਰਰ ਫਿਲਮਾਂ 'ਚ, ਸਸਪੈਂਸ ਫਿਲਮਾਂ 'ਚ। ਅਤੇ ਅਸੀਂ ਸੋਚਿਆ ਵੀ ਯੂਨੋ ਕੁਛ ਲਿਟਲ ਨੋਨ ਐਕਟਰਸ ਨੂੰ ਲੈ ਕੇ ਅਸੀਂ ਸਿੱਕਾ ਬਣਾ ਦਿੰਦੇ ਹਾਂ ਅਤੇ ਉਹਦੇ ਪੈਸੇ ਨਾਲ ਅਸੀਂ ਫਿਰ ਕੁਦੇਸਨ ਰਿਲੀਜ਼ ਕਰ ਦੇਵਾਂਗੇ। ਲੇਕਿਨ ਬਸ ਉਹੀ ਗੱਲ ਵੀ ਇਹਨਾਂ ਨੂੰ ਸਾਰਾ ਪਸੰਦ ਹੈ ਕਿਹੜੀ ਫਿਲਮ ਚੱਲਣੀ ਨਹੀਂ ਚੱਲਣੀ, ਅਤੇ ਸਿੱਕਾ ਲਾ ਨਹੀਂ ਸਕੇ ਅਸੀਂ ਬਣਾਉਣ ਦੇ ਬਾਅਦ 2 ਸਾਲ। ਅਤੇ ਫਿਰ ਅਸੀਂ ਹਾਰ ਕੇ ਫਿਰ ਕੁਦੇਸਨ ਜਿਹੜੀ ਡੱਬਡ ਫਿਲਮ ਆ ਉਹ ਪਹਿਲਾਂ ਲਾਈ ਅਸੀਂ ਮਾਰਚ 2015 'ਚ, 6 ਮਾਰਚ ਨੂੰ ਵੂਮੈਨਸ ਡੇ 'ਤੇ। ਔਰ ਉਹਦੇ ਬਾਅਦ ਉਹ 'ਚ ਵੀ ਇੱਦਾਂ ਹੀ ਹੋਇਆ, ਕਿਉਂਕਿ ਫਿਲਮ ਸਾਡੀ ਬਹੁਤ ਅੱਛੀ ਕੰਟੈਂਟ ਓਰੀਐਂਟਡ ਮੀਨਿੰਗਫੁਲ ਸਿਨੇਮਾ ਸੀ,
ਅਤੇ ਡਿਸਟ੍ਰੀਬਿਊਟਰਸ ਨੇ ਜਿਹੜੇ ਸੀ ਔਰ ਐਗਜ਼ੀਬਿਟਰਸ ਨੇ ਸ਼ੋ ਨਹੀਂ ਦਿੱਤੇ ਸਾਨੂੰ, ਦੋ ਸ਼ੋ, ਇੱਕ ਸ਼ੋ, ਤਿੰਨ ਸ਼ੋ, ਔਰ ਸ਼ੋ ਇਹ ਇੱਦਾਂ ਦਿੰਦੇ ਜਿੱਦਾਂ ਇਹਨਾਂ ਨੇ ਖਰਚ ਕੀਤਾ ਫਿਲਮ 'ਤੇ, ਲੇਕਿਨ ਫਰਕ ਇਹਨਾਂ ਨੇ ਰੁਪਈਆ ਨਹੀਂ ਲਾਇਆ ਹੁੰਦਾ ਫਿਲਮ 'ਤੇ, ਫਰੀ 'ਚ ਅਸੀਂ ਫਿਲਮ ਦਿੰਦੇ ਹਾਂ ਇਹਨਾਂ ਨੂੰ ਥੀਏਟਰ ਵਾਲਿਆਂ ਨੂੰ ਲਾਉਣ ਦੀ, ਸ਼ਾਇਦ ਤੁਹਾਨੂੰ ਪਤਾ ਨਹੀਂ ਹੋਣਾ ਭਈ ਫਰੀ ਆਫ ਕੋਸਟ ਅਸੀਂ 2.5 ਕਰੋੜ 'ਚ ਕੁਦੈਸਨ ਬਣਾਈ ਸੀ, ਫਰੀ ਆਫ ਕੋਸਟ ਉਹਨਾਂ ਨੂੰ ਦਿੰਦੇ ਲਾਉਣ ਨੂੰ, ਉਹਦੇ ਬਾਅਦ ਕਮਾਈ ਕਰਕੇ ਉਹ ਅੱਧਾ ਕੁ ਪੈਸਾ ਆਪ ਰੱਖਦੇ, ਅੱਧਾ ਸਾਨੂੰ ਦਿੰਦੇ ਆ, ਅਤੇ ਤਾਂ ਵੀ ਇਹ ਸ਼ੋਅ ਨਹੀਂ ਦਿੰਦੇ ਸਾਨੂੰ, ਮਤਲਬ ਆਪਣੀ ਰਿਟੇਲ ਦੀ ਸ਼ੋਪ ਜਿਹੜੀ ਇਹਨਾਂ ਨੇ ਸਮੋਸੇ ਵੇਚਣ ਦੀ ਸ਼ੁਰੂ ਕੀਤੀ ਆ, ਉਹਦੇ ਲਈ ਮੈਂ ਫਿਲਮ ਬਣਾਵਾਂ ਸਮੋਸੇ ਵੇਚਣ ਲਈ ਇਹਨਾਂ ਦੇ, ਅਤੇ ਉਹਦਾ ਵੀ ਪੈਸਾ ਬਗੈਰ ਦਿੱਤੇ ਐਮ ਜੀ ਦਿੱਤੇ ਫਿਲਮ ਫਰੀ ਆਫ ਕੋਸਟ ਲੈ ਲੈਂਦੇ, ਇਹ ਮੇਰੀ ਗੱਲ ਸਮਝ ਨਹੀਂ ਆਈ, ਅੱਜ ਤੱਕ ਨਹੀਂ ਸਮਝ ਆਈ ਮੈਨੂੰ। ਨਹੀਂ ਹੁਣ ਗੱਲ ਇਹ ਹੈ ਕਿ ਤੁਸੀਂ ਇਹਦਾ ਇਹਦਾ ਬਦਲ ਕੀ ਸਮਝਦੇ ਹੋ, ਜਿੱਦਾਂ ਡਿਜੀਟਲ ਸਿਨੇਮਾ ਆ ਰਿਹਾ ਇਹ, ਕੀ ਤੁਸੀਂ ਇਹਨੂੰ ਇਹਦਾ ਬਦਲ ਸਮਝਦੇ ਹੋ, ਕੀ ਤੁਸੀਂ ਇਹ ਸੋਚਦੇ ਹੋ ਕਿ ਜਿਹੜਾ ਜਿਹੜਾ ਇਹ ਪੰਜਾਬ ਦੇ ਲੋਕਾਂ ਦੀ ਮਾਨਸਿਕਤਾ ਇਹੋ ਜਿਹੀ ਬਣ ਗਈ ਹੈ, ਜਾਂ ਇਹਨਾਂ ਜਿਹੜੇ ਜਿਹੜੇ ਸੋ ਕਾਲਡ ਐਫ ਐਮ ਸੀ ਜੀ ਸੈਲਰਸ ਜਿਹੜੇ ਨੇ ਇਹਨਾਂ ਦੀ ਮਾਨਸਿਕਤਾ ਇੱਦਾਂ ਦੀ ਬਣਾਤੀ ਲੋਕਾਂ ਦੇ ਵਿੱਚ, ਸਿਰਫ ਕਮੇਡੀ ਹੀ ਚੱਲੇਗੀ, ਕੋਈ ਵੀ ਜਿਹੜਾ ਕੰਟੈਂਟ ਹੈ ਉਹ ਨਹੀਂ ਚੱਲੇਗਾ? ਦੇਖੋ ਮੈਂ ਪੰਜਾਬ ਦੇ ਜਿਹੜੇ ਆਡੀਅੰਸ ਆ, ਪੰਜਾਬ ਦੇ ਲੋਕ ਆ, ਕਈ ਬੰਦੇ ਕਹਿੰਦੇ ਆ ਵੀ ਪੰਜਾਬ 'ਚ ਫਿਲਮ ਲਾਉਣਾ ਬਣਾਉਣਾ ਦਿਖਾਉਣਾ ਔਖਾ ਆ ਬਹੁਤ, ਕਿਉਂਕਿ ਆਡੀਅੰਸ ਸਿਰਫ ਕੌਮੇਡੀ ਹੀ ਪਸੰਦ ਕਰਦੀ ਆ। ਮੈਂ ਮੇਰੀ ਰਾਏ ਥੋੜ੍ਹੀ ਹੋਰ ਆ, ਮੈਂ ਕਹਿੰਦਾ ਇਹ ਸਾਡਾ ਕਸੂਰ ਜਿਹੜਾ ਹੈ ਨਾ ਇਹ ਸਾਰਾ ਇਹ ਫਿਲਮ ਮੇਕਰਸ ਦਾ ਆ, ਵੀ ਅੱਜ ਤੋਂ ਕਈ ਸਾਲ ਪਹਿਲਾਂ ਜਦੋਂ ਵੀ ਫਿਲਮਾਂ ਸ਼ੁਰੂ ਹੋਈਆਂ ਇਹਨਾਂ ਨੇ ਬਣਾਈ ਹੀ ਕੌਮੇਡੀ ਆ ਹਮੇਸ਼ਾ, ਅਤੇ ਅਗਰ ਇਹ ਫੀਡ ਕਰਦੇ ਅੱਛੀਆਂ ਫਿਲਮਾਂ ਨਾਲ, ਜਿੱਦਾਂ ਚੰਨ ਪਰਦੇਸੀ ਆਈ ਸੀ ਨਾ, ਚੱਲੀ ਸੀ, ਨਾਨਕ ਨਾਮ ਜਹਾਜ਼ ਚੱਲੀ ਸੀ ਨਾ, ਅਤੇ ਮੜੀ ਦਾ ਦੀਵਾ ਵੀ ਚੱਲੀ ਸੀ, ਤਾਂ ਇਹ ਫਿਲਮਾਂ ਕੀ ਸੀ, ਕੁਛ ਅਲੱਗ ਸੀ, ਇਹ ਚੱਲੀਆਂ ਸੀ, ਇਹ ਵੀ ਫਿਲਮਾਂ ਕਹਾਣੀ ਕੰਟੈਂਟ ਓਰੀਐਂਟਡ ਫਿਲਮਾਂ ਸੀ, ਅਤੇ ਅੱਜ ਵੀ ਚੱਲ ਸਕਦੀਆਂ, ਲੇਕਿਨ ਇਹ 'ਚ ਆਡੀਅੰਸ ਦਾ ਕੋਈ ਦੋਸ਼ ਨਹੀਂ ਹੈ। ਮੈਂ ਫਿਲਮ ਮੇਕਰਸ ਨੂੰ ਇਹ 'ਚ ਬਲੇਮ ਕਰਦਾ ਹਾਂ, ਕੰਡੈਮ ਕਰਦਾ ਹਾਂ, ਕਿਉਂਕਿ ਅਗਰ ਸਾਡੇ ਫਿਲਮ ਮੇਕਰਸ ਰੈਗੂਲਰਲੀ ਅੱਛੀਆਂ ਫਿਲਮਾਂ ਬਣਾ ਕੇ ਦੱਸੀ ਜਾਂਦੇ ਤਾਂ ਆਡੀਅੰਸ ਨੇ ਅੱਛੀਆਂ ਫਿਲਮਾਂ ਦੇਖਣਾ ਸਿੱਖ ਜਾਣਾ ਸੀ। ਲੇਕਿਨ ਅੱਜ ਜਿਹੜੀ ਆਡੀਅੰਸ ਪੰਜਾਬ ਦੀ 5-6 ਕਰੋੜ ਮੇਰੇ ਖਿਆਲ ਪਾਪੂਲੇਸ਼ਨ ਹੋਣਾ, ਅਤੇ ਆ ਜੋ ਵੀ ਫਿਲਮਾਂ ਆਉਂਦੀਆਂ ਵਿਆਹ ਸ਼ਾਦੀਆਂ 'ਤੇ ਜਿਹੜੀਆਂ ਦੱਸੀਆਂ ਜਾਂਦੀਆਂ, ਸਭ ਤੋਂ ਪਹਿਲਾਂ ਤਾਂ ਮੈਂ ਜਦ ਆਇਆ ਹੁਣ ਬੰਬੇ ਤੋਂ ਸਾਲ ਕੁ ਪਹਿਲਾਂ ਇੱਥੇ, ਤਾਂ ਮੈਨੂੰ ਇਹ ਫਿਲਮਾਂ ਇੱਦਾਂ ਲੱਗਦੀਆਂ ਵੀ ਕੋਈ ਵੀ ਸੀਨ ਚੱਕ ਕੇ ਕਿਸੇ ਵੀ ਫਿਲਮ 'ਚ ਲਾ ਦਿਉ ਤਾਂ ਇੱਕੋ ਹੀ ਲੱਗਦੀ ਹੈ ਇਹ, ਕਿਉਂਕਿ ਆਰਟਿਸਟ ਵੀ ਉਹੀ ਆ 15-20-25, ਔਰ ਲੁੱਕ ਵੀ ਉਹੀ ਆ, ਕੌਮੇਡੀ ਵੀ ਉਹੀ ਆ, ਸਟੈਂਡ ਅਪ ਜਿਹੜੇ ਆਰਟਿਸਟ ਆ ਉਹਨਾਂ ਦਾ ਡਾਇਲੋਗ ਬੋਲਣ ਦਾ ਅੰਦਾਜ਼ ਵੀ ਸੇਮ ਆ, ਅਤੇ 2-3 ਆਰਟਿਸਟ ਆ ਤੁਸੀਂ ਜਾਣਦੇ ਆ ਉਹ ਉੱਦਾਂ ਹੀ ਬੋਲਦੇ ਆ ਸੇਮ, ਅਤੇ ਕੋਈ ਚੇਂਜ ਨਹੀਂ ਕਰਦੇ ਪੈਟਰਨ ਉਹ, ਅਤੇ ਤੁਹਾਨੂੰ ਇਹ ਨਹੀਂ ਲੱਗਦਾ ਭਈ ਮੈਂ ਫਲਾਨੀ ਫਿਲਮ ਦੇਖੀ ਕਿ ਉਹ, ਤੁਹਾਨੂੰ ਸਮਝ ਨਹੀਂ ਆਉਂਦਾ ਯਾਰ ਉਹ ਕਿਹੜੀ ਫਿਲਮ 'ਚ ਸੀ, ਜਾਂ ਇੱਦਾਂ ਨਹੀਂ ਹੁੰਦਾ। ਹੁਣ ਕੋਈ ਅਗਰ ਕੰਟੈਂਟ ਓਰੀਐਂਟਡ ਫਿਲਮ ਹੁੰਦੀ ਆ ਉਹਨੂੰ ਯਾਦ ਰੱਖਦਾ ਸੀਨ ਨੂੰ ਬੰਦਾ, ਚੰਨ ਪਰਦੇਸੀ ਨੂੰ ਅੱਜ ਵੀ ਯਾਦ ਰੱਖਦੇ ਆ, ਕੁਦੈਸਨ ਜਿਨ ਜਿਨ ਦੇਖੀ ਉਹਨੂੰ ਅੱਜ ਵੀ ਯਾਦ ਕਰਦੇ, ਅਡੀ ਟੱਪਾ ਜਿਨ ਦੇਖੀ ਸਾਰੇ ਯਾਦ ਕਰਦੇ ਆ। ਤੁਸੀਂ ਹੋਰ ਕੋਈ ਫਿਲਮ ਨੂੰ ਯਾਦ ਕਰ ਲਓ, ਤੁਹਾਨੂੰ ਯਾਦ ਨਹੀਂ ਆਉਣਾ, ਤੁਸੀਂ ਮੈਂ ਤੁਹਾਨੂੰ ਬੈਟ ਕਰਦਾ, ਚੈਲੰਜ ਕਰਦਾ, ਦੱਸੋ ਮੈਨੂੰ ਕੋਈ ਸੀਨ ਕੋਈ ਫਿਲਮ ਦਾ ਜਿਹੜੀ ਆ ਵਿਆਹ ਸ਼ਾਦੀਆਂ 'ਤੇ ਬਣ ਰਹੀਆਂ। ਮੈਨੂੰ ਤਾਂ ਪਹਿਲੀ ਵਾਰੀ ਵਿਆਹ ਸ਼ਾਦੀਆਂ ਦੇ ਇੰਨੇ ਨਾਂ ਪਤਾ ਲੱਗ ਗਏ ਆ ਕੇ ਇੱਥੇ, ਭਈ ਸਾਕ ਵੀ ਹੁੰਦਾ, ਮੁਕਲਾਵਾ ਵੀ ਹੁੰਦਾ, ਲਾਵਾਂ ਫੇਰੇ ਆ ਉਹ, ਕਿੰਨੇ ਹੀ ਨਾਂ ਆ ਗਏ, ਹੋਰ ਪਤਾ ਨਹੀਂ ਕਿੰਨੇ ਨਿਕਲਣੇ। ਹੋਰ ਪੰਜਾਬ ਦਾ ਕਲਚਰ ਇੰਨਾ ਸਟਰੋਂਗ ਆ, ਸਾਡਾ ਲਿਟਰੇਚਰ ਇੰਨਾ ਸਟਰੋਂਗ ਆ, ਸਾਡੀ ਹਿਸਟਰੀ ਇੰਨੀ ਪਾਵਰਫੁਲ ਆ, ਇੱਕ ਤਿਹਾਈ ਤਾਂ ਹਿੰਦੁਸਤਾਨ ਪੰਜਾਬ ਸੀ ਸਾਰਾ, ਪਾਕਿਸਤਾਨ ਤਾਂ ਹੁਣ ਬਣਿਆ, ਇਹ ਸਾਰਾ ਪੰਜਾਬ ਤਾਂ, ਅਫਗਾਨਿਸਤਾਨ ਤੱਕ ਪੰਜਾਬ ਸੀ ਸਾਰਾ, ਕਸ਼ਮੀਰ ਵੀ ਨਹੀਂ ਸੀ ਸਾਰਾ, ਸਾਰਾ ਪੰਜਾਬ ਹੀ, ਹਿਮਾਚਲ, ਹਰਿਆਣਾ, ਅਤੇ ਇੰਨਾ ਵੱਡਾ ਪੰਜਾਬ, ਇੰਨੀ ਵੱਡੀ ਪੰਜਾਬੀਅਤ, ਸਾਡਾ ਕਲਚਰ, ਸਾਡਾ ਫੋਕ, ਤਾਂ ਤੁਸੀਂ, ਤੁਹਾਨੂੰ ਇਹੀ ਮਿਲਿਆ ਬਣਾਉਣ ਨੂੰ ਜਿਹੜਾ ਬਣਾ ਕੇ ਦੱਸ ਰਹੇ ਤੁਸੀਂ ਲੋਕਾਂ ਨੂੰ, ਲੋਕ ਚਾਹੁੰਦੇ ਆ ਦੱਸਣ ਨੂੰ, ਤਾਂ ਇਹ 'ਚ ਫਿਲਮ ਮੇਕਰਸ ਦਾ ਵੀ ਕਸੂਰ ਆ। ਦੂਸਰਾ ਕਸੂਰ ਆ ਐਗਜ਼ੀਬਿਟਰਸ ਦਾ, ਜਿਹੜੇ ਸਿਨੇਮਾ ਹਾਲ ਵਾਲੇ, ਭਈ ਇੱਦਾਂ ਦੀਆਂ ਅੱਛੀਆਂ ਫਿਲਮਾਂ ਨੂੰ ਇਹ ਲੋਕ ਪਲੈਟਫਾਰਮ ਨਹੀਂ ਦਿੰਦੇ, ਭਈ ਸ਼ੋਅ ਜ਼ਿਆਦਾ ਦਿਉ ਇੱਦਾਂ ਦੀਆਂ ਫਿਲਮਾਂ ਨੂੰ। ਤੀਸਰਾ ਜਿਹੜੇ ਡਿਸਟ੍ਰੀਬਿਊਟਰ ਆ ਉਹ ਬਾਇਰ ਤਾਂ ਰਹੇ ਨਹੀਂ, ਪਹਿਲਾਂ ਹੁੰਦਾ ਸੀ ਡਿਸਟ੍ਰੀਬਿਊਟਰ ਔਰ ਬਾਇਰ, ਭਈ ਫਿਲਮ ਖਰੀਦੀਆਂ ਜਾਂਦੀਆਂ ਸੀ, ਬਾਇਰ ਔਰ ਡਿਸਟ੍ਰੀਬਿਊਟਰ ਇੱਕੋ ਹੀ ਹੁੰਦੇ ਸੀ, ਅੱਜ ਬਾਇਰ ਤਾਂ ਖਤਮ ਹੋ ਗਿਆ, ਬਾਇਰ ਹੈ ਹੀ ਨਹੀਂ, ਬਾਇਰ ਨਾਂ ਦੀ ਚੀਜ਼ ਹੈ ਨਹੀਂ ਹੁਣ, ਹੁਣ ਜਿਹੜੇ ਥੋੜ੍ਹੇ ਬਹੁਤ ਸਟੂਡੀਓ ਚੱਲ ਰਹੇ ਆ, ਵਾਈਕੋਮ ਆ, ਇਰੋਸ ਆ, ਇਹ ਕੁਛ ਇੱਕ ਅੱਧੀ 2-4 ਫਿਲਮਾਂ ਪੰਜਾਬੀ ਦੀਆਂ ਖਰੀਦੀਆਂ ਇਹਨਾਂ ਨੇ, ਬਾਕੀ ਬਾਇਰ ਕੋਈ ਰਿਹਾ ਨਹੀਂ। ਡਿਸਟ੍ਰੀਬਿਊਟਰ ਪੰਜਾਬ 'ਚ 1-2 ਹੀ ਆ, ਉਹੀ ਚੱਲੀ ਜਾ ਰਹੇ ਆ, ਹੋਰ ਮਤਲਬ ਜਿੱਦਾਂ ਕਹਿੰਦੇ ਨਾ ਵੀ ਠੰਡਾ ਪੀਣਾ ਤਾਂ ਕੋਕਾ ਕੋਲਾ,
ਅਤੇ ਉਹੀ ਰਹਿ ਗਏ ਬੰਦੇ ਅਤੇ ਉਹੀ ਡਿਸਟ੍ਰੀਬਿਊਟਰ ਰਹਿ ਗਏ ਆ ਅਤੇ ਹੋਰ ਕੋਈ ਹੈ ਹੀ ਨਹੀਂ ਆ। ਅਗਰ ਕੋਈ ਆਉਂਦਾ ਵੀ ਆ ਤਾਂ ਉਹ ਚੱਲਦੇ ਨਹੀਂ ਆ ਕਿਉਂਕਿ ਸਾਰਿਆਂ ਦਾ ਆਪਣਾ ਇੱਕ ਗਰੁੱਪ ਜਿਹਾ ਬਣਿਆ ਆ। ਸਾਰੇ ਅੱਛੀ ਗੱਲ ਆ, ਗਰੁੱਪ ਬਣਾਈ ਦੇ ਹੁੰਦੇ ਆ ਅਤੇ ਇੱਥੇ ਵੀ ਛੋਟਾ ਜਿਹਾ ਗਰੁੱਪ 20-25 ਬੰਦਿਆਂ ਦਾ ਬਣਿਆ ਆ, ਜਿਹੜਾ ਉਹੀ ਡਿਸਟ੍ਰੀਬਿਊਟਰ ਆ, ਉਹੀ 5 ਡਾਇਰੈਕਟਰ ਆ, ਉਹੀ 15-20 ਐਕਟਰ ਆ ਅਤੇ ਆਪਸ 'ਚ ਲੱਗੇ ਆ ਸਾਰੇ, ਆਪੇ ਹੀ ਫਿਲਮਾਂ ਬਣਾ ਰਹੇ ਆ, ਇੰਡਸਟਰੀ ਨੂੰ ਡੈਫੀਨੇਟਲੀ ਚੱਕ ਰਹੇ ਆ ਪੰਜਾਬ ਦੀ। ਲੇਕਿਨ ਮੈਂ ਨਾਲ ਨਾਲ ਇਹ ਕਹਾਂਗਾ ਕਿ ਮੈਂ ਵੀ ਆਇਆ ਇੱਥੇ ਬੰਬੇ ਤੋਂ, ਤਾਂ ਮੈਨੂੰ ਵੀ ਕਿਤੇ ਨਾਲ ਰੱਖ ਲਓ ਅਤੇ ਮੈਂ ਵੀ ਕੁਛ ਅੱਛੀਆਂ ਅੱਛੀਆਂ ਫਿਲਮਾਂ ਬਣਾਵਾਂਗਾ ਅਤੇ ਤੁਹਾਡੇ ਨਾਲ ਮੈਂ ਵੀ ਆਪਣੀ ਮੋਢੇ 'ਤੇ ਰੱਖ ਕੇ ਫਿਲਮ ਥੀਏਟਰ ਤੱਕ ਲਿਜਾ ਸਕਾਂਗਾ। ਮੈਂ ਇੰਨਾ ਹੀ ਕਹਾਂਗਾ, ਆਡੀਅੰਸ ਨੂੰ ਮੈਂ ਬਲੇਮ ਨਹੀਂ ਕਰਾਂਗਾ, ਆਡੀਅੰਸ ਬੈਠੀ ਆ ਫਿਲਮ ਦੇਖਣ ਨੂੰ। ਜਦ ਸਾਡੀ ਕੁਦੇਸਣ ਇੱਕ ਹਫ਼ਤੇ ਬਾਅਦ ਲਾ ਦਿੱਤੀ ਗਈ, ਮੈਨੂੰ ਕਈ ਫੋਨ ਆਏ ਕਿਉਂਕਿ ਵਰਡ ਆਫ ਮਾਊਥ ਚਾਹੀਦਾ ਫਿਲਮ ਲਈ ਕਿ ਫਿਲਮ ਅੱਜ ਮੇਰੇ ਕੋਲ ਟਾਈਮ ਆ, ਮੈਂ ਜਾ ਕੇ ਵੀਰਵਾਰ ਫਿਲਮ ਦੇਖ ਲਈ ਆ, ਸੋਮਵਾਰ ਮੈਂ ਜਾ ਕੇ 10 ਬੰਦਿਆਂ ਨੂੰ ਕਹਾਂਗਾ, ਮੈਂ ਜਾ ਕੇ ਆਪਣੀ ਫੈਮਿਲੀ ਨੂੰ ਕਹਾਂਗਾ, ਮੈਂ ਦੋਸਤਾਂ ਨੂੰ ਕਹਾਂਗਾ, ਉਹ ਕਿਤੇ ਟਾਈਮ ਕੱਢ ਕੇ ਅਗਲੇ ਹਫ਼ਤੇ ਜਾਊਂਗੇ ਫਿਲਮ ਦੇਖਣ, ਫਿਰ ਕਿਤੇ ਤੀਸਰੇ ਹਫ਼ਤੇ ਉਹ ਅੱਗੇ ਹੋਰ 100 ਬੰਦਿਆਂ ਨੂੰ ਕਹੂੰਗੇ, ਤੀਸਰੇ ਚੌਥੇ ਹਫ਼ਤੇ 'ਚ ਜਾ ਕੇ ਫਿਲਮ ਜ਼ੋਰ ਫੜਦੀ ਆ। ਜੋ ਪੁਰਾਣਾ ਫੋਰਮੈਟ ਇਹੀ ਆ, ਅਗਰ ਤੁਸੀਂ ਬੇਤਾਬ ਦੀ ਗੱਲ ਲਓ, ਰਾਮ ਤੇਰੀ ਗੰਗਾ ਮੈਲੇ ਦੀ, ਸ਼ੋਲੇ ਦੀ ਗੱਲ ਲਓ, ਤੁਸੀਂ ਲਵ ਸਟੋਰੀ ਦੀ ਗੱਲ ਲਓ, ਇੱਕ ਦੂਜੇ ਕੇ ਲਈ, ਇੰਨੀਆਂ ਵੱਡੀਆਂ ਵੱਡੀਆਂ ਹਿੰਦੁਸਤਾਨ ਮੈਨੇ ਪਿਆਰ ਕੀਆ, ਇੰਨੀਆਂ ਵੱਡੀਆਂ ਵੱਡੀਆਂ ਫਿਲਮਾਂ ਇਹ ਸਾਰੀ ਤੀਸਰੇ ਚੌਥੇ ਹਫ਼ਤੇ 'ਚ ਚੱਲੀਆਂ ਆ, ਅਤੇ ਤੁਸੀਂ ਕੀ ਮਤਲਬ, ਵਾਟ ਆਰ ਯੂ ਟਰਾਇੰਗ ਟੂ ਡੂ ਇਨ ਦਿਸ ਫਿਲਮ ਇੰਡਸਟਰੀ? ਮਤਲਬ ਫੋਰਮੈਟ ਤਾਂ ਉਹੀ ਰਹੇਗਾ ਨਾ, ਫਿਲਮਾਂ ਤਾਂ ਉੱਦਾਂ ਹੀ ਬਣਾਈ ਜਾਣੀਆਂ, ਖਾਲੀ ਤੁਸੀਂ ਤਰੀਕਾ ਜਿਹੜਾ ਆ ਦਿਖਾਉਣ ਦਾ ਉਹ ਚੇਂਜ ਕਰ ਰਹੇ ਨਾ, ਲੇਕਿਨ ਤੁਸੀਂ ਉਹ ਜਿਹੜੀ ਚੀਜ਼ ਆ ਉਹਨੂੰ ਤਾਂ ਨਾ ਚੇਂਜ ਕਰੋ ਨਾ। ਤੁਸੀਂ ਜਿਹੜੀ ਰੋਟੀ ਖਾਣੀ ਆ ਉਹ 'ਚ ਆਟਾ ਲੂਣ ਅਤੇ ਪਾਣੀ ਉਹ ਘੋਲ ਕੇ ਹੀ ਰੋਟੀ ਬਣਾਉਂਗੇ ਨਾ, ਤੁਸੀਂ ਉਹਨੂੰ ਇੱਕਦਮ ਤਾਂ ਨਹੀਂ ਬਣਾ ਸਕਦੇ ਕੁਛ ਚੀਜ਼, ਔਰ ਲੋਕਾਂ ਨੂੰ ਖੜਾ ਕੇ ਤੋਰ ਤਾਂ ਨਹੀਂ ਸਕਦੇ ਨਾ, ਅਤੇ ਉਹਨਾਂ ਢਿੱਡ ਵੀ ਨਹੀਂ ਭਰੇਗਾ ਕਿਸੇ ਦਾ, ਨਾ ਤਾਕਤ ਆਉਣੀ ਆ। ਅਤੇ ਆਹ ਅੱਜ ਉਹੀ ਕੰਮ ਹੋ ਰਿਹਾ ਕਿ ਜਿਹੜੇ FMCG ਤੋਂ ਜਿਹੜੇ ਆਏ ਉਹਨਾਂ ਨੇ ਇੱਕ ਫਾਸਟ ਫੂਡ ਵਾਂਗੂ ਫਿਲਮਾਂ ਨੂੰ ਬਣਾਤਾ ਕਿ ਕੋਈ ਨਹੀਂ, ਆਹ ਐਕਟਰ ਨੂੰ ਲਓ, ਆਹ ਡਾਇਰੈਕਟਰ ਨੂੰ ਲਓ, ਆਹ ਮਿਊਜ਼ਿਕ ਡਾਇਰੈਕਟਰ ਚੱਕ ਲਓ, ਉਹ ਉਹਦੀ ਮਿਊਜ਼ਿਕ ਕਰ ਰਿਹਾ, ਫ੍ਰੀ ਹੋ ਗਿਆ ਹੁਣ ਉਹ ਲੈ ਲਓ, 20 ਦਿਨ 'ਚ ਫਿਲਮ ਮਾਰ ਲਓ, 3 ਮਹੀਨੇ 'ਚ ਲੱਗ ਜਾਏਗੀ, ਫਸਟ ਵੀਕ ਦਾ ਆਹ ਕਲੈਕਸ਼ਨ ਆਏਗਾ, 3 ਦਿਨ ਦਾ ਸੈਟੇਲਾਈਟ ਦਾ ਇੰਨਾ ਕੁ ਆ ਜਾਏਗਾ, ਔਰ ਤੁਸੀਂ ਯਕੀਨ ਮੰਨੋ ਫਿਗਰ ਪਰਫੈਕਟ ਹੁੰਦਾ ਉਹਨਾਂ ਦਾ। ਇਹ ਫਿਲਮ ਮੇਕਿੰਗ ਨਹੀਂ ਆ, ਇਹ ਕੋਈ ਜਿੱਦਾਂ ਸਾਬਣਦਾਣੀ ਬਣਾ ਕੇ ਵੇਚ ਰਹੇ ਆ ਜਾਂ ਕੋਈ ਚੀਜ਼ ਬਣਾ ਕੇ ਵੇਚ ਰਹੇ ਲੋਕਾਂ ਨੂੰ, ਔਰ ਇਹਨਾਂ ਨੂੰ ਪਤਾ ਇੰਨਾ ਹੀ ਕਮਾ ਸਕਦੀ ਆ। ਮੈਂ ਉਸ ਫਿਲਮ ਸਕੂਲ ਤੋਂ ਹੁੰਦਾ ਜਿੱਥੇ ਸਾਨੂੰ ਨਹੀਂ ਪਤਾ ਫਿਲਮ ਕਿੰਨਾ ਕਮਾਏਗੀ ਅਗਰ ਉਹ ਚੱਲੇਗੀ ਤਾਂ। ਇਹ ਬਸ ਇੱਕ ਪ੍ਰਪੋਜ਼ਲ ਜਿਹਾ ਬਣਾਉਂਦੇ ਆ, ਇੱਕ ਪ੍ਰੋਡਕਟ ਜਿਹਾ ਬਣਾਉਂਦੇ ਆ ਜਿਹੜਾ ਬਸ 3 ਦਿਨ ਚੱਲਣਾ ਆ, 4 ਦਿਨ ਚੱਲਣਾ ਅਤੇ ਉਹਨੇ ਇੰਨਾ ਪੈਸਾ ਲੈਣਾ, ਸੇਫ ਚੱਲਦੇ ਆ ਅਤੇ ਇਹ ਕਹਿੰਦੇ ਬਿਜ਼ਨਸ ਆ। ਮੈਂ ਕਹਿੰਦਾ ਬਿਜ਼ਨਸ ਆ, ਲੇਕਿਨ ਥੋੜ੍ਹਾ ਤਾਂ ਲਿਹਾਜ਼ ਰੱਖੋ ਫਿਲਮ ਮੇਕਿੰਗ ਦਾ, ਥੋੜ੍ਹਾ ਤਾਂ ਕੰਟੈਂਟ 'ਤੇ ਲਿਹਾਜ਼ ਰੱਖੋ ਵੀ ਕੁਛ ਦਵੋ ਤਾਂ ਸਹੀ ਆਡੀਅੰਸ ਨੂੰ, ਆਡੀਅੰਸ ਵੀ ਖੁਸ਼ ਹੋਵੇ। ਅੱਜ ਤੁਸੀਂ 5 ਕਰੋੜ, ਮੈਂ ਦੱਸ ਰਿਹਾ ਸੀ ਵੀ 5 ਕਰੋੜ 'ਚੋਂ ਮਸੀਂ 1% ਬੰਦਾ ਆਉਂਦਾ ਆਉਣਾ ਸ਼ਾਇਦ ਦੇਖਦਾ ਹੋਣਾ ਇਹਨਾਂ ਦੀਆਂ ਫਿਲਮਾਂ, ਅਤੇ ਤਾਂ ਜਾ ਕੇ 20-25-15 ਕਰੋੜ ਜਿਹੜੇ ਫੈਬਰੀਕੇਟਡ ਫਿਗਰਸ ਆ ਇਹਨਾਂ ਦੇ ਉਹ ਆ ਜਾਂਦੇ ਆ। ਕਈ ਫੈਬਰੀਕੇਟਡ ਆ, ਕਈ ਓਕੇ ਆ, ਓਰਿਜਨਲ ਆ। ਮੈਂ ਕਹਿੰਦਾ ਇਹ ਫਿਗਰਸ ਤੁਹਾਡੇ 100-200 ਕਰੋੜ ਟੱਚ ਕਰ ਜਾਉਂਗੇ, 300 ਕਰੋੜ ਟੱਚ ਕਰ ਦੋਗੇ ਅਗਰ ਤੁਸੀਂ ਚੱਜ ਦੀ ਫਿਲਮ ਬਣਾਓ, ਸਾਰੇ 5 ਕਰੋੜ ਬੰਦਾ ਦੇਖੇ ਪੰਜਾਬ ਦਾ। ਜਦੋਂ ਕੋਵਿਡ ਆਇਆ, ਕੋਵਿਡ ਨੇ ਇਹ ਮਲਟੀਪਲੈਕਸ ਬੰਦ ਕਰਾਏ ਸਾਰੇ, ਇੱਕ ਨਵਾਂ ਟ੍ਰੈਂਡ ਚੱਲਿਆ ਜਿਹੜੇ ਪਹਿਲਾਂ ਚੱਲ ਰਿਹਾ ਸੀ ਆਲਰੇਡੀ, ਐਮਾਜ਼ੋਨ ਹੋ ਗਿਆ ਜਾਂ ਨੈੱਟਫਲਿਕਸ ਹੋ ਗਿਆ, ਇਹਨਾਂ ਦੀਆਂ ਜਿਹੜੀ ਆਮਦਨ ਹੈ ਇਹ ਬਹੁਤ ਵੱਡੇ ਪੱਧਰ 'ਤੇ ਵੱਧ ਗਈ। ਲੋਕ ਘਰਾਂ ਦੇ ਵਿੱਚ ਕੈਦ ਹੋ ਕੇ ਇਹਨਾਂ ਦੀਆਂ ਫਿਲਮਾਂ ਉਹਨਾਂ ਨੇ ਦੇਖੀਆਂ, ਇਹਦੇ ਪਰ ਫਿਲਮਾਂ ਰਿਲੀਜ਼ ਹੋਈਆਂ, ਕਈ ਨਵੀਆਂ ਫਿਲਮਾਂ ਇਹਨਾਂ 'ਤੇ ਆਈਆਂ, ਕੀ ਇਹ ਇੱਕ ਨਵਾਂ ਬਦਲ ਹੋ ਸਕਦਾ ਹੈ? ਇਹ ਡੈਫੀਨੇਟਲੀ ਇੱਕ ਨਵਾਂ ਬਦਲ ਆ। ਔਰ ਅਤੇ ਤੁਸੀਂ ਇਹਦੇ ਉੱਪਰ ਕੁਛ ਸੋਚ ਰਹੇ ਹੋ, ਇਹਦੇ ਉੱਪਰ ਕੁਛ ਕੀਤਾ ਜਾ ਸਕਦਾ? ਮੈਂ ਬਿਲਕੁਲ ਇਹਦੇ ਬਾਰੇ ਸੋਚ ਰਿਹਾ। ਇਨਫੈਕਟ 3-4 ਸਾਲ ਪਹਿਲਾਂ ਜਦੋਂ ਨੈੱਟਫਲਿਕਸ ਨੇ ਇਨਵੇਡ ਕੀਤਾ ਇੰਡੀਅਨ ਮਾਰਕੀਟ 'ਚ, ਐਬਰੋਡ ਤਾਂ ਕਈ ਸਾਲਾਂ ਦੀ ਸੀ ਨੈੱਟਫਲਿਕਸ, ਯੂਟਿਊਬ ਨਾਲ ਸ਼ੁਰੂ ਹੋ ਗਈ ਸੀ, ਯੂਟਿਊਬ 2007 'ਚ ਸ਼ੁਰੂ ਹੋਇਆ ਸੀ ਅਤੇ ਉਹਦੇ ਆਸ ਪਾਸ ਹੀ ਨੈੱਟਫਲਿਕਸ ਵੀ ਆ ਗਿਆ ਸੀ, ਲੇਕਿਨ ਇੰਨਾ ਜ਼ਿਆਦਾ ਇੰਡੀਆ 'ਚ ਕੋਈ ਜਾਣਦਾ ਨਹੀਂ ਸੀ। ਮੈਂ ਕਿਉਂਕਿ ਬਾਹਰ ਜ਼ਿਆਦਾ ਘੁੰਮਿਆ ਫਿਰਿਆ ਤਾਂ ਮੈਨੂੰ ਪਤਾ ਲੱਗ ਗਿਆ ਸੀ ਉਹਦੇ ਬਾਰੇ, ਅਤੇ ਨੈੱਟਫਲਿਕਸ ਹੋ ਗਿਆ, ਐਮਾਜ਼ੋਨ ਹੋ ਗਿਆ, ਇਹਨਾਂ ਨੇ ਇੰਡੀਅਨ ਮਾਰਕੀਟ ਇਨਵੇਡ ਕੀਤਾ ਅੱਜ ਤੋਂ ਕੁਛ ਤਕਰੀਬਨ 3 ਸਾਲ ਪਹਿਲੇ। ਨੈੱਟਫਲਿਕਸ ਨੇ ਸੀਰੀਜ਼ ਬਣਾਈ ਸੀ ਸੀਕ੍ਰੇਟ ਗੇਮਸ, ਉਹਨੂੰ ਫੋਲੋ ਅਪ ਕਰਕੇ ਐਮਾਜ਼ੋਨ ਨੇ ਮਿਰਜ਼ਾਪੁਰ ਬਣਾਈ, ਫਿਰ ਹੁਣ ਵੂਟ ਨੇ ਵੀ ਬਣਾਈ ਅਸੁਰ,
ਤਾਂ ਇੱਦਾਂ ਕਰਕੇ ਸਾਰੇ ਬਣਾਈ ਜਾ ਰਹੇ, ਇੰਡੀਅਨ ਮਾਰਕੀਟ ਕੈਪਚਰ ਕਰ ਰਹੇ ਆ। ਅਤੇ ਦਿਮਾਗ 'ਚ ਇੱਕ ਗੱਲ ਤਾਂ ਆਈ ਸੀ, ਰਿਲੀਫ ਜਿਹੀ ਲੱਗੀ ਥੋੜ੍ਹੀ, ਵੀ ਹੋ ਸਕਦਾ ਅਸੀਂ ਫਿਲਮਾਂ ਥੀਏਟਰ 'ਚ ਨਾ ਲਾ ਕੇ ਅਸੀਂ ਨੈੱਟਫਲਿਕਸ 'ਤੇ ਲਾ ਸਕਦੇ ਹਾਂ, ਐਮਾਜ਼ੋਨ 'ਤੇ ਲਾ ਸਕਦੇ ਹਾਂ। ਲੇਕਿਨ ਹਾਂ, ਹੁਣ ਪਿੱਛੇ ਜੇ ਮੈਂ ਜਿਹੜੀ ਵੂਮਨ ਫਰੋਮ ਦ ਈਸਟ ਮੈਂ ਗੱਲ ਕਰ ਰਿਹਾ ਸੀ, ਭਈ ਹਿੰਦੀ 'ਚ ਅਸੀਂ ਬਣਾਈ ਸੀ, ਉਹ ਓਰਿਜਨਲ ਉੱਦਾਂ ਹੀ ਆ ਇੰਟੈਕਟ। ਸਾਡੀ ਦੋ ਤਿੰਨ ਫਿਲਮਾਂ ਆ ਜਿਹੜੀ ਬਣਾ ਕੇ ਰੱਖੀਆਂ ਸੀ। ਜਦੋਂ ਅਸੀਂ ਨੈੱਟਫਲਿਕਸ ਨੂੰ ਭੇਜੀ ਤਾਂ ਨੈੱਟਫਲਿਕਸ ਦੇ ਕਿਸੇ ਕੋਆਰਡੀਨੇਟਰ ਨੇ ਸਾਨੂੰ, ਜਿਹੜਾ ਉਹਨਾਂ ਦੇ ਖਾਸ ਏਜੰਟ ਆ, ਉਹਨੂੰ ਕਿਹਾ ਵੀ ਇਹ ਫਿਲਮ ਸਾਡੇ ਚੈਨਲ ਲਾਇਕ ਨਹੀਂ ਆ, ਨੈੱਟਫਲਿਕਸ ਲਾਇਕ ਵੂਮਨ ਫਰੋਮ ਦ ਈਸਟ, ਜਿਹਨੂੰ ਅਵਾਰਡ ਵੀ ਮਿਲਿਆ ਆ ਅਤੇ ਕਈ ਐਕੋਲੇਟਸ ਮਿਲੇ ਵਰਲਡ ਵਾਈਡ, ਉਹ ਨੈੱਟਫਲਿਕਸ ਦੀ ਸਮਝ 'ਚ ਨਹੀਂ ਲੱਗੀ। ਉੱਦਣ ਮੈਨੂੰ ਆਇਆ ਗੁੱਸਾ, ਮੈਂ ਕਿਹਾ ਫਿਰ ਡੈਫੀਨੇਟਲੀ ਇਹਨਾਂ ਦੇ ਵੀ ਸਿਰ ਤੋਂ ਉੱਪਰ ਚੱਲ ਗਈ ਗੱਲ, ਇਹ FMCG ਤੋਂ ਘੱਟ ਨਹੀਂ ਰਹੇ, ਇਹ ਬਸ ਬਿਜ਼ਨਸ ਕਰ ਰਹੇ ਆ, ਕਿਉਂਕਿ ਇਹਨਾਂ ਨੂੰ ਸਬਸਕ੍ਰਿਪਸ਼ਨ ਬੇਸ ਇਹਨਾਂ ਦਾ ਸਟਰੋਂਗ ਆ, 200 million ਤੋਂ ਉੱਪਰ ਸਬਸਕ੍ਰਾਈਬਰ ਆ, ਪੈਸਾ ਚੰਗਾ ਆ ਰਿਹਾ ਮਹੀਨੇ ਦਾ, ਤਾਂ ਇਹਨਾਂ ਨੂੰ ਕੋਈ ਪਈ ਨਹੀਂ ਆ ਅੱਛੀ ਫਿਲਮ ਦੱਸਣ ਦੀ। ਇਹ ਵੀ ਨੋਨ ਫੇਸਿਸ ਮਤਲਬ ਦੇਖਣ ਲੱਗ ਪਏ, ਐਕਸਪੈਕਟ ਕਰਨ ਲੱਗ ਪਏ। ਅਤੇ ਫਿਰ ਮੈਂ ਹੁਣ ਇਹ ਸੋਚਿਆ ਵੀ ਕਿਉਂ ਨਾ ਆਪਣਾ ਅਸੀਂ ਐਪ ਸ਼ੁਰੂ ਕਰੀਏ, OTT ਪਲੈਟਫਾਰਮ, ਨੈੱਟਫਲਿਕਸ ਵਰਗਾ, ਐਮਾਜ਼ੋਨ ਵਰਗਾ, ਡਿਜ਼ਨੀ ਹੌਟਸਟਾਰ ਵਰਗਾ। ਲੇਕਿਨ ਮੇਰਾ ਉਹਨੂੰ ਸ਼ੁਰੂ ਕਰਨ ਦਾ ਜਿਹੜਾ ਤਰੀਕਾ ਹੈ ਉਹ ਬਿਲਕੁਲ ਅਲੱਗ ਆ। ਉਹ ਇਹ ਆ ਕਿ ਮੈਂ ਕੋਈ ਆਲਰੇਡੀ ਜਿਹੜੀ ਰਿਲੀਜ਼ ਫਿਲਮਾਂ ਤੁਸੀਂ ਨੈੱਟਫਲਿਕਸ 'ਤੇ ਜਾਂ ਕਿਤੇ ਦੇਖਦੇ ਹਾਂ, ਉੱਦਾਂ ਦੀ ਕੋਈ ਫਿਲਮ ਮੇਰੇ ਐਪ 'ਤੇ ਨਹੀਂ ਹੋਏਗੀ। ਸਾਰੀ ਓਰਿਜਨਲ ਹੋਣਗੀਆਂ, ਅਸੀਂ ਆਪ ਬਣਾਈਆਂ ਹੋਣਗੀਆਂ। ਸਾਡੇ ਇੰਡੀਪੈਂਡੈਂਟ ਫਿਲਮ ਮੇਕਰਸ ਜਿਹੜੇ ਦੁਨੀਆ ਭਰ 'ਚ ਲੋਕ ਆ, ਹਰ ਇੱਕ ਲੈਂਗੁਏਜ 'ਚ ਆ, ਫਰੈਂਚ 'ਚ ਆ, ਸਪੈਨਿਸ਼ 'ਚ ਆ, ਜਰਮਨ ਆ, ਅਰਬਿਕ ਆ, ਹੋਰ ਵੀ ਕਈ ਲੈਂਗੁਏਜਿਸ ਆ, ਇਹ ਸਾਰੇ ਹੌਲੀ ਹੌਲੀ ਸਾਡੇ ਨਾਲ ਇਕੱਠੇ ਹੋਣਗੇ ਔਰ ਅਸੀਂ ਇੰਡੀਪੈਂਡੈਂਟ ਸਿਨੇਮਾ ਨੂੰ ਜ਼ਿਆਦਾ ਪ੍ਰਮੋਟ ਕਰਾਂਗੇ, ਫੀਚਰ ਫਿਲਮਸ ਨੂੰ, ਵੈਬ ਸੀਰੀਜ਼ ਨੂੰ, ਸ਼ਾਰਟ ਫਿਲਮਾਂ ਨੂੰ, ਡਾਕੂਮੈਂਟਰੀਜ਼ ਨੂੰ, ਔਰ ਉਹ ਅਸੀਂ ਸਾਰੇ ਨੂੰ ਇਕੱਠਾ ਕਰਕੇ ਅਸੀਂ ਇੱਕ ਆਪਣਾ ਸਿਸਟਮ ਬਣਾਇਆ। ਹੌਲੀ ਹੌਲੀ ਮੈਂ ਅਨਾਊਂਸ ਕਰੂੰਗਾ ਉਹਨੂੰ ਕਿ ਕਿੱਦਾਂ ਅਸੀਂ ਫਿਲਮਾਂ ਕਿਸ ਬਜਟ 'ਤੇ ਬਣਾਉਂਗੇ। ਬਿਲਕੁਲ ਘੱਟ ਬਜਟ ਰੱਖਿਆ, ਸਾਡੇ ਲਈ ਨੋਨ ਜਾਂ ਅਨਨੋਨ ਆਰਟਿਸਟ ਇੰਪੋਰਟੈਂਟ ਨਹੀਂ ਆ, ਸਾਡੇ ਲਈ ਗੁੱਡ ਆਰਟਿਸਟ ਇੰਪੋਰਟੈਂਟ ਹੈ, ਐਕਟਰ, ਗੁੱਡ ਫਿਲਮ ਮੇਕਰ ਇੰਪੋਰਟੈਂਟ ਆ, ਨੋਨ ਜਾਂ ਅਨਨੋਨ ਇੰਪੋਰਟੈਂਟ ਨਹੀਂ ਆ। ਅਸੀਂ ਇਹ ਦੇਖਣਾ ਵੀ ਕੌਣ ਤਹਿ ਤੋਂ ਦਿਲੋਂ ਪੈਸ਼ਨੇਟਲੀ ਫਿਲਮ ਮੇਕਿੰਗ ਕਰਦਾ ਆ, ਕਿ ਨਾ ਕਿ ਸਿਰਫ ਪੈਸੇ ਕਮਾਉਣ ਦੀ ਕੋਸ਼ਿਸ਼ ਕਰ ਰਿਹਾ ਬਲਕਿ ਸਾਰੇ ਸੁਸਾਇਟੀ ਨੂੰ ਵੀ ਕੁਛ ਆਪਣੇ ਵੱਲੋਂ ਇੱਕ ਮੈਸੇਜ ਕਨਵੇ ਕਰਨ ਦੀ ਕੋਸ਼ਿਸ਼ ਕਰ ਰਿਹਾ ਆਪਣੇ ਸਿਨੇਮਾ ਦੇ ਜ਼ਰੀਏ। ਅਤੇ ਅਸੀਂ, ਸਾਡੀ ਉਹ ਕੋਸ਼ਿਸ਼ ਆ ਸਾਡੇ ਐਪ ਦੇ ਜ਼ਰੀਏ, ਜਿਹੜਾ ਅਸੀਂ ਕੋਵਿਡ ਕਰਕੇ ਥੋੜ੍ਹਾ ਡਿਲੇ ਹੋ ਗਏ ਹਾਂ, ਕਿਉਂਕਿ ਆ ਸਾਰਾ ਸਾਲ ਪੂਰੀ ਦੁਨੀਆ ਲਈ ਥੋੜ੍ਹਾ ਔਖਾ ਗਿਆ ਜਾ ਰਿਹਾ, ਅਤੇ ਉਮੀਦ ਕਰਦੇ ਹਾਂ ਅਸੀਂ ਵੀ ਅਗਲੇ ਸਾਲ ਕਿਤੇ ਮਿਡ 'ਚ ਜਾ ਕੇ ਅਸੀਂ ਇਸ ਐਪ ਨੂੰ ਲਾਂਚ ਕਰਾਂਗੇ, ਇੱਕ ਪਲੈਟਫਾਰਮ ਨੂੰ। ਉਸ ਤੋਂ ਪਹਿਲਾਂ ਅਸੀਂ, ਕਿਉਂਕਿ ਸਾਰਿਆਂ ਨੂੰ ਅਸੀਂ ਲੋਕਾਂ ਨੂੰ ਇਕੱਠਾ ਕਰਨਾ ਆ, ਇੰਡੀਪੈਂਡੈਂਟ ਫਿਲਮ ਮੇਕਰਸ ਨੂੰ, ਜਿਹੜਾ ਬਹੁਤ ਵੱਡਾ, ਬਹੁਤ ਵੱਡੀ ਮੈਜੋਰਿਟੀ ਆ ਦੁਨੀਆ 'ਚ ਜਿਨ੍ਹਾਂ ਦੀ, ਉਸ ਮੈਜੋਰਿਟੀ ਨੂੰ ਅਸੀਂ ਇਕੱਠਾ ਕਰਨਾ ਆ, ਫਿਲਮ ਮੇਕਰਸ ਨੂੰ, ਟੈਕਨੀਸ਼ੀਅਨਸ ਨੂੰ, ਕਰੂ ਮੈਂਬਰਸ ਨੂੰ, ਆਰਟਿਸਟਾਂ ਨੂੰ, ਰਾਈਟਰਸ ਨੂੰ, ਸਾਰਿਆਂ ਨੂੰ। ਔਰ ਉਹਦੇ ਲਈ ਅਸੀਂ ਇੱਕ ਵੈਬਸਾਈਟ ਅਸੀਂ ਬਹੁਤ ਛੇਤੀ ਲਾਂਚ ਕਰ ਰਹੇ ਹਾਂ, ਕ੍ਰੀਏਟਿਵ ਸਰਕਲ ਫੋਰ ਯੂ, ਔਰ ਕ੍ਰੀਏਟਿਵ ਸਰਕਲ ਫੋਰ ਯੂ .com ਐਕਚੁਲੀ ਪੂਰਾ ਇਹਦਾ ਡੋਮੇਨ ਆ, ਔਰ ਫੇਸਬੁੱਕ ਪੇਜ ਵੀ ਅਸੀਂ ਕੀਤਾ ਇਹਦਾ, ਅਤੇ ਟਵਿੱਟਰ 'ਤੇ ਵੀ ਸ਼ੁਰੂ ਕੀਤਾ, ਇੰਸਟਾਗ੍ਰਾਮ 'ਤੇ ਵੀ ਕੀਤਾ। ਅਤੇ ਇਸ 'ਤੇ ਇਹ ਹੋਏਗਾ ਕਿ ਅਸੀਂ ਜਿਹੜੇ ਮਿਡਲਮੈਨ ਆ, ਇੱਕ ਤਾਂ ਇੰਡਸਟਰੀ 'ਚ ਗੰਦ ਬਹੁਤ ਆ, ਕੋਈ ਵੀ ਕੰਮ ਨਹੀਂ ਮਾੜਾ ਹੁੰਦਾ, ਬੰਦੇ ਮਾੜੇ ਹੁੰਦੇ ਆ, ਜਿਹੜੇ ਕੰਮ ਕਰਦੇ ਉਹ ਬੰਦੇ ਮਾੜੇ ਹੁੰਦੇ ਆ। ਮੈਂ ਕਿਸੇ ਕੰਮ ਨੂੰ ਮਾੜਾ ਨਹੀਂ ਕਹਿੰਦਾ, ਫਿਲਮ ਇੰਡਸਟਰੀ ਬਹੁਤ ਅੱਛੀ ਆ, ਬੜੀ ਪਾਕ ਆ, ਸਾਫ਼ ਆ, ਲੇਕਿਨ ਇਹ 'ਚ ਜਿਹੜੇ ਕੰਮ ਕਰਦੇ ਆ, ਜਿਹੜੇ ਕੋਆਰਡੀਨੇਟਰਸ ਆ, ਵਿੱਚ ਜਿਹੜੇ ਬੰਦੇ ਆ ਜਾਂਦੇ ਆ, ਕਿਸੇ ਨੂੰ ਮਿਲਾਉਣ ਵਾਲੇ ਜਾਂ ਕਿਸੇ ਨੂੰ ਕਾਸਟ ਕਰਨ ਵਾਲੇ ਜਾਂ ਕੋਈ ਉੱਦਾਂ ਦੇ ਏਜੰਟ ਆ ਜਿਹੜੇ, ਉਹ ਕੰਮ ਖਰਾਬ ਕਰ ਦਿੰਦੇ ਆ। ਜਿੱਥੇ ਖਰਚ ਹੁੰਦਾ ਆ 1 crore rupees, ਉੱਥੇ ਉਹਨੂੰ ਦੱਸ ਦੇਣਾ 1.5 crore rupees। ਜਿੱਥੇ ਕੋਈ ਕੁੜੀ ਨੂੰ ਉੱਦਾਂ ਹੀ ਕੰਮ ਮਿਲ ਜਾਣਾ, ਉਹਨਾਂ ਨੇ ਉਹਨੂੰ ਐਕਸਪਲੋਇਟ ਕਰਕੇ ਕੰਮ ਦੇਣਾ, ਕਹਿਣਾ ਵੀ ਇੱਦਾਂ ਕੰਮ ਨਹੀਂ ਮਿਲੇਗਾ ਤੈਨੂੰ। ਹਾਲਾਂਕਿ ਕਦੀ ਕਦੀ ਇੱਦਾਂ ਵੀ ਹੁੰਦਾ ਕਿ ਡਾਇਰੈਕਟਰ ਨੂੰ ਵਿਚਾਰੇ ਨੂੰ ਪਤਾ ਹੀ ਨਹੀਂ ਆ ਇਸ ਗੱਲ ਦਾ, ਲੇਕਿਨ ਕੋਆਰਡੀਨੇਟਰ ਵਿੱਚ ਆਪਣਾ ਹੀ ਲੱਗਾ ਆ ਕਿ ਨਹੀਂ ਕੰਮ। ਹਾਂ ਬਿਲਕੁਲ ਬਿਲਕੁਲ, ਮੀ ਟੂ ਫੈਕਟ ਆ, ਔਰ ਸਿਰਫ ਕੁੜੀਆਂ ਨਾਲ ਨਹੀਂ ਹੁੰਦਾ, ਮੁੰਡਿਆਂ ਨਾਲ ਵੀ ਹੁੰਦਾ ਆ, ਔਰ ਯੰਗ ਮੁੰਡੇ ਜਿਹੜੇ ਹੁੰਦੇ ਆ, ਮੈਂ ਘੱਟੋ ਘੱਟ 3-4 ਮੁੰਡਿਆਂ ਨੂੰ ਤਾਂ ਮੈਂ ਮਿਲ ਚੁੱਕਿਆ, ਜਿਨ੍ਹਾਂ ਨਾਲ ਜੋ ਹੋਇਆ ਇੰਡਸਟਰੀ ਦੇ, ਹਿੰਦੀ ਫਿਲਮ ਇੰਡਸਟਰੀ ਦੇ ਦਿੱਗਜ, ਉਹ ਕੀ ਕਹਿੰਦੇ ਉਹਨਾਂ ਨੂੰ, ਉਹ ਤੁਸੀਂ ਹੈਰਾਨ ਹੋ ਜਾਓਗੇ, ਮੈਂ ਗੱਲਾਂ ਇੱਥੇ ਨਹੀਂ ਕਰ ਸਕਦਾ।
ਅਤੇ ਕੁੜੀਆਂ ਵੀ ਜਿਹੜੀਆਂ ਫਿਲਮ ਲਾਈਨ 'ਚ ਉੱਥੇ ਜਿਹੜੀਆਂ ਆ ਕੁਛ ਵੱਡੇ ਵੱਡੇ ਬੈਨਰ ਆ ਬਹੁਤ ਵੱਡੇ ਜਿਨ੍ਹਾਂ ਨੇ ਆਪਣੇ ਐਪ ਸ਼ੁਰੂ ਕੀਤੇ ਆ ਉੱਦਾਂ ਦੀਆਂ ਕੁੜੀਆਂ ਉਹ ਕੁੜੀਆਂ ਨੂੰ ਯੂ ਨੋ ਗਲਤ ਔਫਰ ਕਰਦੇ ਆ ਕੰਮ ਦੇ ਅਗੇਂਸਟ ਅਤੇ ਵੀ ਆਹ ਚੀਜ਼ ਕਰੂੰਗੇ ਤਾਂ ਹੀ ਅਸੀਂ ਤੁਹਾਨੂੰ ਕੰਮ ਦੇਵਾਂਗੇ ਔਰ ਉਹ ਕੁੜੀਆਂ ਨੇ ਵਿਚਾਰੀਆਂ ਛੋਟੀਆਂ ਛੋਟੀਆਂ ਕੁੜੀਆਂ 16 ਸਾਲ ਦੀਆਂ 18 ਸਾਲ ਦੀਆਂ 20 ਸਾਲ ਦੀਆਂ ਉਹਨਾਂ ਨੇ ਮੈਨੂੰ ਆਪ ਦੱਸਿਆ ਕੁੜੀਆਂ ਨੇ ਵੀ ਇੱਦਾਂ ਕਰਦੇ ਆ ਇੱਦਾਂ ਕਹਿੰਦੇ ਆਹ ਕਰੂੰਗੇ ਤਾਂ ਇਸ ਸ਼ਰਤਾਂ 'ਤੇ ਕੰਮ ਮਿਲਣਾ ਅਤੇ ਇਹ ਚੀਜ਼ਾਂ ਹੈ ਜੋ ਮੈਨੂੰ ਕਦੀ ਕਦੀ ਆਪ ਬੜਾ ਐਮਬੈਰਸਿੰਗ ਫੀਲ ਹੁੰਦਾ ਸ਼ਰਮ ਜੀ ਲੱਗਦੀ ਆ ਕਿ ਮੈਂ ਇਸ ਇੰਡਸਟਰੀ ਦਾ ਹਿੱਸਾ ਹਾਂ ਮੈਂ ਵੀ ਕੰਮ ਕਰ ਰਿਹਾ ਲੇਕਿਨ ਫਿਰ ਮੈਂ ਸੋਚਦਾ ਕਿ ਜਿੱਦਾਂ ਮੈਂ ਕਿਹਾ ਵੀ ਕੋਈ ਵੀ ਕੰਮ ਨਹੀਂ ਮਾੜਾ ਬੰਦਾ ਹੀ ਮਾੜਾ ਹੁੰਦਾ ਆ ਇਹ ਵੈਬਸਾਈਟ 'ਤੇ ਕਾਸਟਿੰਗ ਡਾਇਰੈਕਟਰ ਕਾਸਟਿੰਗ ਕੋਆਰਡੀਨੇਟਰ ਹੋਰ ਕੋਈ ਕੋਆਰਡੀਨੇਟਰ ਅਤੇ ਇੱਦਾਂ ਦੇ ਜਿੰਨੇ ਸਾਰੇ ਆ ਇਹ ਕੋਈ ਇੱਥੇ ਪ੍ਰੋਫਾਈਲ ਕ੍ਰੀਏਟ ਹੀ ਨਹੀਂ ਕਰ ਸਕੂੰਗੇ ਜਿਹੜੇ ਮੀਡੀਏਟਰਸ ਨੇ ਹਾਂ ਮੀਡੀਏਟਰਸ ਆ ਕਿਉਂਕਿ ਇਹਨਾਂ ਨੇ ਫਿਰ ਉਹੀ ਗੰਦ ਇੱਥੇ ਪਾਉਣਾ ਕਿਉਂਕਿ ਇੱਥੇ ਅਸੀਂ ਕੀ ਕਰ ਰਹੇ ਹਾਂ ਤੁਸੀਂ ਪ੍ਰੋਫਾਈਲ ਅਪਲੋਡ ਕੀਤੀ ਉੱਥੇ ਤੁਹਾਡਾ ਨਾਂ ਆ ਤੁਹਾਡਾ ਨਾਮ ਈਮੇਲ ਆਈ ਡੀ ਆ ਤੁਹਾਡਾ ਫੋਨ ਨੰਬਰ ਆ ਡਾਇਰੈਕਟ ਅਸੀਂ ਦੇ ਰਹੇ ਇੱਕ ਦੂਜੇ ਨੂੰ ਥਰੂ ਪ੍ਰੋਫਾਈਲ ਔਰ ਪ੍ਰੋਪਰ ਇਹਨੂੰ ਪ੍ਰੋਫਾਈਲ ਕ੍ਰੀਏਟ ਕਰਕੇ ਉੱਥੇ ਪੋਸਟ ਕਰ ਸਕਦੇ ਤੁਸੀਂ ਜੋਬਸ ਤੁਸੀਂ ਨਿਊਜ਼ ਦੇ ਸਕਦੇ ਹਾਂ ਲੇਕਿਨ ਸਾਰਾ ਪ੍ਰੀ ਅਪਰੂਵਡ ਹੋਏਗਾ ਲਾਈਕ ਅਪਰੂਵਲ ਲੈਣਾ ਪੈਣਾ ਤੁਹਾਨੂੰ ਸਬਜੈਕਟ ਟੂ ਅਪਰੂਵਲ ਆਈ ਮੈਂਟ ਫੇਸਬੁੱਕ ਜਿੱਦਾਂ ਉੱਦਾਂ ਨਹੀਂ ਹੋਏਗਾ ਭਈ ਇੱਕ ਐਡ ਪਾਤੀ 10 ਕੁੜੀਆਂ ਦੀ ਲੋੜ ਆ ਜਾਂ ਫਾਈਨੈਂਸਰ ਦੀ ਲੋੜ ਆ ਕਾਹਦੇ ਲਈ ਲੋੜ ਆ ਕਿਸੇ ਨੂੰ ਨਹੀਂ ਪਤਾ ਤਾਂ ਇੱਥੇ ਉਹਨਾਂ ਨੂੰ ਸਾਡੇ 50 ਸਵਾਲਾਂ ਦਾ ਜਵਾਬ ਦੇਣਾ ਪੈਣਾ ਵੀ ਕੀ ਕਾਸਟ ਕਰ ਰਹੇ ਹਾਂ ਤੁਸੀਂ ਕਿਸ ਵਾਸਤੇ ਸਾਰੇ ਨੂੰ ਇਕੱਠਾ ਕਰ ਰਹੇ ਹਾਂ ਆਡੀਸ਼ਨ ਕਿਸ ਵਾਸਤੇ ਕਰ ਰਹੇ ਹਾਂ ਉਹ ਤੁਹਾਨੂੰ ਸਾਰੇ ਜਵਾਬ ਦੇਣੇ ਪੈਣੇ ਜਿੱਥੇ ਉਹਨੇ ਵੀ ਕੀਤਾ ਉਹ ਪ੍ਰੋਫਾਈਲ ਵੀ ਬਲੌਕ ਕਰ ਦਿੱਤੀ ਜਾਏਗੀ ਅਤੇ ਪੋਸਟ ਅਪਰੂਵ ਵੀ ਨਹੀਂ ਹੋਏਗੀ ਤਾਂ ਜਿੱਥੇ ਬੈਕ ਐਂਡ 'ਤੇ ਕੋਈ ਪ੍ਰੋਫਾਈਲ ਕੋਈ ਡਾਇਰੈਕਟਰ ਜਾਂ ਕੋਈ ਕੋਆਰਡੀਨੇਟਰ ਜਾਂ ਕੋਈ ਪ੍ਰੋਡਿਊਸਰ ਜਾਂ ਹੋਰ ਕੋਈ ਵੀ ਬੰਦਾ ਕੋਈ ਗਲਤ ਐਕਟੀਵਿਟੀ ਕਰ ਰਿਹਾ ਸਾਡੀ ਵੈਬਸਾਈਟ 'ਤੇ ਕਿ ਜ਼ਿਆਦਾ ਕੁੜੀਆਂ ਨੂੰ ਕੰਟੈਕਟ ਕਰ ਰਿਹਾ ਜਾਂ ਬੰਦਿਆਂ ਨੂੰ ਫਾਈਨੈਂਸ ਲਈ ਕੰਟੈਕਟ ਕਰ ਰਿਹਾ ਜਾਂ ਕੁਛ ਹੋਰ ਕੁਛ ਕੰਮ ਕਰ ਰਿਹਾ ਅਸੀਂ ਉਹਦੀ ਐਕਟੀਵਿਟੀ ਪਿੱਛੇ ਬੈਕ ਐਂਡ 'ਤੇ ਪੂਰੀ ਓਬਜ਼ਰਵ ਕਰਨੀ ਆ ਅਤੇ ਉਹ ਸਾਨੂੰ ਇੱਕ ਰੈੱਡ ਅਲਰਟ ਦੇਵੇਗੀ ਪਹਿਲਾਂ ਯੈਲੋ ਅਲਰਟ ਦੇਵੇਗੀ ਉਹਦੇ ਬਾਰੇ ਫਿਰ ਰੈੱਡ ਅਲਰਟ ਦੇਵੇਗੀ ਰੈੱਡ ਅਲਰਟ 'ਚ ਅਸੀਂ ਉਹਨੂੰ ਵਾਰਨਿੰਗ ਕਰਕੇ ਅਸੀਂ ਯੈਲੋ 'ਚ ਅਸੀਂ ਵਾਰਨ ਕਰ ਦੇਵਾਂਗੇ ਰੈੱਡ 'ਚ ਅਸੀਂ ਬਲੌਕ ਕਰ ਦੇਵਾਂਗੇ ਪ੍ਰੋਫਾਈਲ ਅਤੇ ਇੱਦਾਂ ਅਸੀਂ ਵੈਬਸਾਈਟ ਕ੍ਰੀਏਟ ਕਰ ਰਹੇ ਹਾਂ ਤਾਂ ਕਿ ਔਰ ਫਰੀ ਆਫ ਕੋਸਟ ਆ ਇਹ 'ਚ ਕੋਈ ਕੋਸਟ ਨਹੀਂ ਕਿਸੇ ਨੂੰ ਇਹ ਕਦੋਂ ਲਾਂਚ ਕਰ ਰਹੇ ਤੁਸੀਂ ਇਹ ਅਸੀਂ ਇਸੇ ਮਹੀਨੇ ਕੋਸ਼ਿਸ਼ ਆ ਸਾਡੀ ਕੰਮ ਚੱਲ ਰਿਹਾ ਅਤੇ 99.99% ਅਸੀਂ ਇੱਕ ਛੋਟਾ ਜਿਹਾ ਪ੍ਰੈਸ ਕਾਨਫਰੰਸ ਕਰਾਂਗੇ ਕਿਉਂਕਿ ਕੋਵਿਡ ਕਰਕੇ ਜ਼ਿਆਦਾ ਇਕੱਠ ਨਹੀਂ ਕਰ ਸਕਦੇ ਲੇਕਿਨ ਥੋੜ੍ਹਾ ਬਹੁਤ ਇਕੱਠਾ ਕਰਕੇ ਅਸੀਂ ਇਹ ਵੈਬਸਾਈਟ ਲਾਂਚ ਕਰਾਂਗੇ ਹੋ ਸਕਦਾ ਅਸੀਂ 3rd ਵੀਕ 'ਚ ਅਗਸਤ 'ਚ ਜਾਂ 4th ਵੀਕ 'ਚ ਅਸੀਂ ਲਾਂਚ ਕਰਾਂਗੇ ਆਖਰੀ ਸਵਾਲ ਹੈ ਤੁਹਾਡੇ ਨਾਲ ਸੁਸ਼ਾਂਤ ਸਿੰਘ ਰਾਜਪੂਤ ਦੀ ਜਿਹੜੀ ਸੁਸਾਈਡ ਜਿਹੜਾ ਕੇਸ ਹੋਇਆ ਇਹਦੇ 'ਚ ਨੈਪੋਟਿਜ਼ਮ ਦਾ ਬੜਾ ਵੱਡਾ ਸਵਾਲ ਉੱਠਿਆ ਗਰੁੱਪਸ ਦੈਟ ਫੋਰਸ ਅ ਪਰਸਨ ਇਨ ਸੱਚ ਐਨ ਐਕਸਟੈਂਟ ਦੈਟ ਹੀ ਕਮਿਟ ਸੁਸਾਈਡ ਇੱਕ ਸਵਾਲ ਤਾਂ ਇਹ ਹੈ ਇਹਦੇ ਨਾਲ ਜੁੜਦਾ ਸਵਾਲ ਦੂਜਾ ਇਹ ਹੈ ਕਿ ਕੀ ਤੁਹਾਨੂੰ ਪੰਜਾਬ ਵਿੱਚ ਆਉਣ ਤੋਂ ਬਾਅਦ ਵੀ ਤੁਹਾਨੂੰ ਵੀ ਇਸ ਇੱਥੇ ਕੋਈ ਗਰੁੱਪਬਾਜ਼ੀ ਦਾ ਸ਼ਿਕਾਰ ਹੋਣਾ ਪਿਆ ਦੇਖੋ ਇਹ ਬਹੁਤ ਅੱਛਾ ਔਰ ਇੰਪੋਰਟੈਂਟ ਸਵਾਲ ਆ ਬਿਫੋਰ ਵੀ ਵਾਇੰਡ ਅਪ ਜਿਹੜਾ ਨੈਪੋਟਿਜ਼ਮ ਆ ਔਰ ਇਹ ਗਰੁੱਪਵਾਦ ਆ ਉਹ ਹਰੇਕ ਜਗ੍ਹਾ ਹੈਗਾ ਆ ਔਰ ਸੁਸ਼ਾਂਤ ਸਿੰਘ ਵੀ ਉਹਦਾ ਵਿਕਟਿਮ ਹੋਇਆ ਬਹੁਤ ਸੈਡ ਆ ਇਹ ਚੀਜ਼ ਕਈ ਹੋਰ ਬੰਦੇ ਇਹਦੇ ਵਿਕਟਿਮ ਹੋਏ ਆ ਕਈ ਆਰਟਿਸਟ ਹੋਰ ਪਾਸਟ 'ਚ ਡਾਇਰੈਕਟਰਸ ਹੋਏ ਆ ਔਰ ਇਹ ਹੈ ਇਹ ਫੈਕਟ ਆ ਕਿ ਇੱਕ ਗਰੁੱਪ ਬਣੇ ਹੁੰਦੇ ਆ ਉਹ ਗਰੁੱਪ ਨੂੰ ਬ੍ਰੇਕ ਥਰੂ ਕਰਨਾ ਬਹੁਤ ਮੁਸ਼ਕਿਲ ਆ ਬੋਂਬੇ 'ਚ ਜਦੋਂ ਮੈਂ ਇੱਕ ਫਿਲਮ ਬਣਾਉਣੀ ਚਾਹੀ ਤਾਂ ਮੈਂ ਇੱਕ ਵੱਡੇ ਅੱਜ ਦੇ ਸਟਾਰ ਨੂੰ ਮਿਲਿਆ ਮੈਂ ਅਤੇ ਮੈਂ ਕਿਹਾ ਮੈਂ ਤੁਹਾਨੂੰ ਕਾਸਟ ਕਰਨਾ ਚਾਹੁੰਦਾ ਹਾਂ ਅਤੇ ਮੈਂ ਕਹਾਣੀ ਸੁਣਨਾ ਚਾਹੁੰਦਾ ਹਾਂ ਉਹਨੇ ਮੈਨੂੰ ਬੜੇ ਅੱਛੇ ਸਾਫ਼ ਤਰੀਕੇ ਨਾਲ ਕਿਹਾ ਵੀ ਮੈਂ ਤੁਹਾਡੇ ਲਈ ਕਿਉਂ ਕੰਮ ਕਰਾਂ ਤੁਸੀਂ ਕੌਣ ਲੱਗਦੇ ਮੇਰੇ ਇਹ ਜਵਾਬ ਸੀ ਸੁਪਰ ਸਟਾਰ ਆ ਅੱਜ ਦਾ ਫੇਸ ਟੂ ਫੇਸ ਉਹਦੇ ਨਾਲ ਗੱਲ ਹੋਈ ਕਹਿੰਦਾ ਮੈਂ ਤੇਰੇ ਲਈ ਕਿਉਂ ਕੰਮ ਕਰਾਂ ਮੈਂ ਇਹਦੇ ਨਾਲ ਕਰਾਂਗਾ ਇਹ ਮੈਨੂੰ ਜਾਣਦਾ ਹੈ ਤੇਰੇ ਨਾਲ ਮੈਂ ਤੈਨੂੰ ਜਾਣਾਂਗਾ ਸਾਡਾ ਕੁਛ ਬਣੇਗਾ ਦੋਸਤੀ ਖਾਤਾ ਯਾਰੀ ਤਾਂ ਮੈਂ ਕਰਾਂਗਾ ਉੱਦਾਂ ਨਹੀਂ ਕਰਾਂਗਾ ਤਾਂ ਇਹ ਮੇਰੇ ਖਿਆਲ 25 ਸਾਲ ਪਹਿਲਾਂ ਦੀ ਗੱਲ ਆ ਬੋਂਬੇ ਦੀ
हाँ हूँ आ जाओ पंजाब ते। पंजाब जदों मैं कुदेसन बनाई तो कुदेसन की चर्चा हुई हरेक जगह। तो एक पंजाब का एक रहा अब्रॉड आ नामी प्रोड्यूसर आन भी मैं साइन किया पैसे दते सारा कुछ किया सारी तैयारियां हो गई लेकिन बस उ एक ग्रुप जहा बस वो पोलिटिकल जोड़ा उन्होंने प्रैशर से उस प्रोड्यूसर से जोड़ा मैनू रब बनता सी एक बारी भाई भाजी असी एक फिल्म बनाई बहुत वड्डी सानू अज तक वो पैसा नहीं मिलया सानू लुटिया गया तो हूँ ऐतक असी थोड़े बगैर कोई फिल्म नहीं बनानी सानू सिर्फ डायरेक्टर नहीं मिलया सानू रब मिलया रब। तो उस बंदे ने थुक के चटिया तो पैसे दे के मैनू मुकर गया मैनू पैसे दे के मुकर गया क्योंकि मैं इस करके कहना क्योंकि एग्रीमेंट साइन किया सी मैं फिल्म डायरेक्ट करनी सी बहुत वड्डी फिल्म सब तो सक्सैसफुल फिल्म पंजाब दी। अगर वो क्योंकि वो ग्रुप बन गया सी उन्हां दा उन्होंने कई बंदियां ने कहा जीत मठार होएगा असी नहीं काम करना तो अगर साडा डायरेक्टर होएगा असी फ्री च काम करांगे। हीरो भी मगर पिछे हट गया और राइटर भी हीरो नाल ही से कट्ठे तो इदा कुछ चीज़ा किसी दिन डिटेल से मैं फिर इस बारे दसागा खुल के और सारे ताकि ना लैके दसागा सारे। तो हूँ मैं इन्ने ही तुहाडे सवाल का जवाब दे रहा कि हाँ मेरे वर्गा बंदा जिन अपने जिंदगी दे 40 साल इस लाइन नू देते आ जिहड़ा बॉम्बे हिंदी फिल्म इंडस्ट्री नू छड के इत्थे आया मैं मेरे पिठ पिछे गल्ला भी करदे इत्थे एक्टर भई ये बॉम्बे कुछ नहीं कर सके इत्थे आगे की करेगा तो ये भी गल करदे आ। हालांकि मेरे नाल उठते बैठते आ बहुत क्लोज आ मेरे लेकिन थोड़ा मैं मूँह इधर नू मोड़दा पिछे आ गल करदे आ ते उन्हां नू इन्नी भी नहीं शर्म आउंदी भी कितने दूर जाके गल कर ला कि जिते मैं नहीं जानते लोग तो बशर्म जे बंदे आ। ते मैं अगर इत्थे आया हाँ तो तुसी सैलीब्रेट करो उन्हों मेरे च कोई ईगो नहीं है कुछ नहीं है मैनू बुलाओ मैनू जद मर्जी बुलाओ मैं हिस्सा बनना चाहना पंजाबी फिल्म इंडस्ट्री का मैं अच्छा काम करना चाहना तो थोड़ा मैं भी सीखा थोड़ा तुसी मेरे तो सीखोगे कोई चीज़ा तो इंडस्ट्री का मैं सोच रहा मेरी ईगो अपनी कुछ नहीं है भी पंजाबी इंडस्ट्री नहीं तो आ ही 20-25 बंद ही रह जाएगी होर भी है मेरे फिल्म मेकरस 500,000 फिल्म मेकर आ लखा फिल्म मेकर आ बहर भी आ लंडन च भी आ इधर भी आ पंजाब से उन्हों का की होएगा वो भी फिल्म बनाना चाहते हैं। तो मैं चाहना कि ये ग्रुप तो ये सारे बाहर निकलन आ जो 5-6 हीरो आ 5-6 डायरेक्टर आ 1-2 डिस्ट्रीब्यूटर आ 15-20 एक्टर आ ये सारे दूसरों नू भी इनवाइट करन होर भी लोगों इनवाइट करन तो होर अच्छी होगी इंडस्ट्री हूँ भी अच्छी हो रही है तुसी फिल्मां बनाईआं आ लोग आ रहे अंदर थिएटर च होर ऑडियंस आएगी अगर रल मिल के काम करांगे मेरा कहना यही है।